ਸਤਿ ਸ਼੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ 84 ਦੀ ਜੀ ਹਾਂ ਸਾਲ 1984 ਦੀ 84 ਦੇ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੀ ਕਿਉਂਕਿ 84 ਦੇ ਵਿੱਚ ਵਾਪਰੇ ਘਟਨਾਕ੍ਰਮ ਨੂੰ ਬੇਸ਼ੱਕ ਕਰੀਬ ਕਰੀਬ 4 ਦਹਾਕੇ ਹੋ ਚੁੱਕੇ ਨੇ ਪਰ 84 ਦੇ ਨਾਲ ਜੁੜੇ ਨਵੇਂ ਤੱਥ ਹੁਣ ਵੀ ਉਜਾਗਰ ਹੋ ਰਹੇ ਨੇ 84 ਦੇ ਵਿੱਚ ਭਾਰਤੀ ਫੌਜ ਨੂੰ ਲੀਡ ਕਰਨ ਵਾਲੇ ਉਸ ਪੂਰੇ ਆਪਰੇਸ਼ਨ ਬਲੂ ਸਟਾਰ ਨੂੰ ਲੀਡ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਦੇ ਵੱਲੋਂ ਦਿੱਤੇ ਗਏ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੁਝ ਵੱਡੇ ਖੁਲਾਸੇ ਜਾਂ ਕਹੀਏ ਕਿ ਵੱਡੇ ਬਿਆਨ ਦਿੱਤੇ ਨੇ ਜਨਰਲ ਬਰਾੜ ਨੇ ਭਿੰਡਰਾਂ ਵਾਲਿਆਂ ਦੇ ਨਾਲ ਨਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਤਾਂ ਸਵਾਲ ਸਿੱਧਾ ਕਿ 84 ਰੋਕਿਆ ਜਾ ਸਕਦਾ ਸੀ ਜਿਸ ਤਰੀਕੇ ਦੀਆਂ ਸਟੇਟਮੈਂਟਸ ਨੇ ਅੱਗੇ ਤੁਹਾਨੂੰ ਦੱਸਾਂਗੇ ਕੀ ਕੁਝ ਬਿਆਨ ਜਨਰਲ ਬਰਾੜ ਦੇ ਵੱਲੋਂ ਦਿੱਤੇ ਗਏ ਨੇ ਉਹਨਾਂ ਦੇ ਬਿਆਨ ਇਸ਼ਾਰਾ ਕਰ ਰਹੇ ਨੇ ਜਨਰਲ ਬਰਾੜ ਦੇ ਕਿ ਜੇਕਰ ਸਮਾਂ ਰਹਿੰਦੇ ਕਦਮ ਚੁੱਕੇ ਜਾਂਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਤਾਂ ਹਾਲਾਤ ਵੱਖਰੇ ਹੁੰਦੇ ਇਨਡਾਇਰੈਕਟਲੀ ਉਹ ਵੀ ਕਹਿ ਰਹੇ ਨੇ ਕਿ 84 ਵਰਗਾ ਘਟਨਾਕ੍ਰਮ ਸ਼ਾਇਦ ਨਾ ਹੁੰਦਾ ਤਾਂ ਸਵਾਲ ਹੈ ਕਿ ਉਸ ਸਮੇਂ ਦੀ ਸਰਕਾਰ ਨੇ ਪੰਜਾਬ ਦਾ ਮਾਹੌਲ ਵਿਗੜਨ ਦਿੱਤਾ ਕਿ ਉਹ 80 ਦਾ ਦਹਾਕਾ 90 ਦਾ ਦਹਾਕਾ ਕਰੀਬ ਕਰੀਬ ਅੱਧ ਤੱਕ ਜੋ ਕੁਝ ਪੰਜਾਬ ਨੇ ਦੇਖਿਆ ਕਿ ਜਾਣ ਬੁੱਝ ਕੇ ਪੰਜਾਬ ਨੂੰ ਉਸ ਅੱਗ ਦੇ ਵਿੱਚ ਧੱਕਿਆ ਗਿਆ ਸੀ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਹੁਣ ਹੀ ਇਹ ਬਿਆਨ ਜਨਰਲ ਬਰਾੜ ਦੇ ਸਾਹਮਣੇ ਕਿਉਂ ਆ ਰਹੇ ਨੇ ਕਿਉਂਕਿ ਇਸ ਇੰਟਰਵਿਊ ਦੀ ਟਾਈਮਿੰਗ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਤਾਂ ਅੱਜ ਚਰਚਾ ਦਾ 1984 ਫਾਈਲਸ ਜਨਰਲ ਬਰਾੜ ਦੇ ਵੱਲੋਂ ਦਿੱਤੀ ਗਈ ਇੱਕ ਇੰਟਰਵਿਊ ਦੇ ਵਿੱਚ ਜੋ ਖੁਲਾਸੇ ਕੀਤੇ ਗਏ ਨੇ ਸਭ ਤੋਂ ਪਹਿਲਾਂ ਜ਼ਿਕਰ ਉਹਨਾਂ ਦਾ ਕੁਝ ਵੱਡੀਆਂ ਗੱਲਾਂ ਉਸ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਤੋਂ ਬਾਅਦ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਹੋਣੀ ਕਿਉਂ ਜ਼ਰੂਰੀ ਹੈ ਕਿਉਂਕਿ ਪੰਜਾਬ ਨੇ ਉਹ ਪੂਰਾ ਕਾਲਾ ਦੌਰ ਦੇਖਿਆ 84 ਜਾਂ 78 ਤੋਂ ਤੁਸੀਂ ਕਹਿ ਸਕਦੇ ਹੋ ਕਿ ਸਟਾਰਟ ਹੋਇਆ ਜਾਂ ਫਿਰ ਉਸ ਤੋਂ ਵੀ ਪਹਿਲਾਂ ਪਰ 84 80 ਦਾ ਦਹਾਕਾ ਔਰ 90 ਦਾ ਜਿਨ੍ਹਾਂ ਨੇ ਬਹੁਤ ਨੇੜੇ ਤੋਂ ਦੇਖਿਆ ਉਹ ਬਾਖੂਬੀ ਜਾਣਦੇ ਨੇ ਕਿ ਉਸ ਸਮੇਂ ਕੀ ਹੋਇਆ ਅੱਛਾ ਜਿਨ੍ਹਾਂ ਦਾ ਜਨਮ ਉਸ ਸਮੇਂ ਨਹੀਂ ਹੋਇਆ ਸੀ ਜਾਂ ਫਿਰ ਉਸ ਦੌਰ ਦੇ ਵਿੱਚ ਉਹ ਬਹੁਤ ਛੋਟੇ ਸਨ ਤਾਂ ਉਹਨਾਂ ਨੇ ਆਪਣੇ ਮਾਪਿਆਂ ਤੋਂ ਦਾਦਾ ਤੋਂ ਦਾਦੀ ਤੋਂ ਇਹ ਸੁਣਿਆ ਹੋਏਗਾ ਕਿ ਪੰਜਾਬ ਦੇ ਵਿੱਚ ਉਸ ਸਮੇਂ ਕੀ ਹੋ ਰਿਹਾ ਸੀ ਠੰਡ ਦੇ ਵਿੱਚ 6 ਵੱਜਦੇ ਨੇ ਹਨੇਰਾ ਹੋ ਜਾਂਦਾ ਪਰ ਇਹ ਕਹਿੰਦੇ ਨੇ ਸਾਡੇ ਬਜ਼ੁਰਗ ਕਿ ਉਸ ਸਮੇਂ 6-7 ਵਜੇ ਚਾਹੇ ਗਰਮੀ ਹੋਵੇ ਸਰਦੀ ਪੰਜਾਬ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਮਾਹੌਲ ਸੀ ਉਹ ਸਾਰਾ ਕੁਝ ਬਹੁਤ ਚੇਤੇ ਹੋਏਗਾ ਬਹੁਤ ਸਾਰੇ ਲੋਕਾਂ ਨੂੰ ਅੱਜ ਜ਼ਿਕਰ ਇਸ ਕਰਕੇ ਹੀ ਕਿ ਪੰਜਾਬ ਦੇ ਵਿੱਚ ਉਹ ਜੋ ਘਟਨਾਕ੍ਰਮ ਵਾਪਰਿਆ ਰੋਕਿਆ ਜਾ ਸਕਦਾ ਸੀ ਉਸਦਾ ਜ਼ਿੰਮੇਵਾਰ ਕੌਣ ਹੈ ਸ਼ੁਰੂਆਤ ਮੈਂ ਦੋ ਤਸਵੀਰਾਂ ਦੇ ਨਾਲ ਕਰਨ ਜਾ ਰਿਹਾ ਕਿਉਂਕਿ ਜਨਰਲ ਬਰਾੜ ਆਪਣੀ ਸਟੇਟਮੈਂਟ ਦੇ ਵਿੱਚ ਕਹਿੰਦੇ ਨੇ ਕਿ ਜੇਕਰ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਪੰਜਾਬ ਦੇ ਵਿੱਚ ਜਲਦੀ ਖਾਲਿਸਤਾਨ ਦਾ ਐਲਾਨ ਕੀਤਾ ਜਾ ਸਕਦਾ ਸੀ ਮਤਲਬ ਕਿ ਖਾਲਿਸਤਾਨ ਬਣਾਇਆ ਜਾ ਸਕਦਾ ਸੀ ਤਾਂ ਕਿ 1984 ਦੇ ਵਿੱਚ ਖਾਲਿਸਤਾਨ ਬਣਨ ਵਾਲਾ ਸੀ ਖਾਲਿਸਤਾਨ ਦਾ ਮਤਲਬ ਕੀ ਹੈ ਅਸੀਂ ਬਾਖੂਬੀ ਸਮਝਦੇ ਹਾਂ ਖਾਲਿਸਤਾਨ ਦਾ ਸਿੱਧਾ ਜਿਹਾ ਮਤਲਬ ਹੋ ਜਾਂਦਾ ਕਿ ਪੰਜਾਬ ਦੇਸ਼ ਤੋਂ ਵੱਖ ਹੋ ਜਾਂਦਾ ਔਰ ਇਹ ਵੀ ਸਵਾਲ ਉੱਠਦੇ ਨੇ ਕਿ ਭਿੰਡਰਾਂ ਵਾਲਿਆਂ ਦਾ ਕੱਦ ਕਿਵੇਂ ਵਧਿਆ ਜਨਰਲ ਬਰਾੜ ਆਪਰੇਸ਼ਨ ਬਲੂ ਸਟਾਰ ਦੇ ਰਾਜ਼ ਦੱਸਦੇ ਹੋਏ ਇਹ ਵੀ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਦਾ ਕੱਦ ਇੰਦਰਾ ਗਾਂਧੀ ਨੇ ਵਧਣ ਦਿੱਤਾ ਇੱਕ ਇਨਡਾਇਰੈਕਟਲੀ ਇਹ ਵੀ ਉਹਨਾਂ ਦੇ ਵੱਲੋਂ ਆਪਣੇ ਬਿਆਨਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜੇਕਰ ਕੱਦ ਨਾ ਵਧਣ ਦਿੱਤਾ ਜਾਂਦਾ ਜਾਂ ਸਮਾਂ ਰਹਿੰਦੇ ਕੋਈ ਐਕਸ਼ਨ ਲੈ ਲਏ ਜਾਂਦੇ ਤਾਂ ਪਿਕਚਰ ਸਥਿਤੀ ਸਭ ਕੁਝ ਵੱਖਰਾ ਹੋ ਸਕਦਾ ਸੀ ਤੇ ਇਹ ਦੋ ਤਸਵੀਰਾਂ ਨੇ ਉਸ ਤੋਂ ਬਾਅਦ ਅਸੀਂ ਇੱਕ ਵਾਰੀ ਗ੍ਰਾਫਿਕ ਦਿਖਾਉਂਦੇ ਹਾਂ ਕਿ ਉਹਨਾਂ ਨੇ ਕੀ ਕੁਝ ਵੱਡੇ ਖੁਲਾਸੇ ਆਪਣੀ ਸਟੇਟਮੈਂਟਸ ਦੇ ਜ਼ਰੀਏ ਕੀਤੇ ਗਏ ਨੇ ਇੱਕ ਇੰਟਰਵਿਊ ANI ਇੱਕ ਨਿਊਜ਼ ਏਜੰਸੀ ਹੈ ਜਿਸ ਦੇ ਇੰਟਰਵਿਊ ਦੇ ਵਿੱਚ ਇਹ ਬਿਆਨ ਦਿੱਤੇ ਗਏ ਨੇ ਤੇ ਕਾਬਲੇ ਗੌਰ ਹੈ ਕਿ ਪੂਰੀ ਇੰਗਲਿਸ਼ ਦੇ ਵਿੱਚ ਇੰਟਰਵਿਊ ਅਸੀਂ ਇਸਨੂੰ ਟਰਾਂਸਲੇਟ ਕਰਕੇ ਕੁਝ ਜਿਹੜੇ ਅਹਿਮ ਪੁਆਇੰਟਸ ਔਰ ਪੰਜਾਬ ਦੇ ਨਾਲ ਖਾਸ ਤੌਰ ਤੇ ਆਪਰੇਸ਼ਨ ਬਲੂ ਸਟਾਰ ਦੇ ਨਾਲ ਜੁੜੇ ਹੋਏ ਨੇ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਗ੍ਰਾਫਿਕਸ ਦੇ ਜ਼ਰੀਏ ਵੀ ਤਾਂ ਕੁਲਦੀਪ ਬਰਾੜ ਲੈਫਟੀਨੈਂਟ ਜਨਰਲ ਜੋ ਰਿਟਾਇਰ ਹੋ ਚੁੱਕੇ ਨੇ ਆਬਵੀਅਸ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਪਣੇ ਬਿਆਨਾਂ ਦੇ ਵਿੱਚ ਉਹ ਤੁਹਾਨੂੰ ਦੱਸ ਰਹੇ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਦਾ ਕੱਦ ਵਧਣ ਦਿੱਤਾ ਯਾਨੀ ਕਿ ਇੰਦਰਾ ਗਾਂਧੀ ਦੇ ਵੱਲੋਂ ਕੋਈ ਸ਼ਹਿ ਦਿੱਤੀ ਗਈ ਜਾਂ ਫਿਰ ਜੇਕਰ ਸਮਾਂ ਰਹਿੰਦਾ ਪਹਿਲਾਂ ਹੀ ਨਜ਼ਰ ਆ ਰਿਹਾ ਸੀ ਕਿ ਕੁਝ ਗਲਤ ਹੋ ਰਿਹਾ ਹੈ ਇਸ ਨੂੰ ਰੋਕਿਆ ਜਾਣਾ ਚਾਹੀਦਾ ਤਾਂ ਕਿ ਉਸ ਸਮੇਂ ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ ਐਕਸ਼ਨ ਲੈਣ ਦੇ ਵਿੱਚ ਦੇਰ ਕਰ ਦਿੱਤੀ ਗਈ ਇਹ ਜ਼ਰੂਰ ਜ਼ਿਕਰ ਕੀਤਾ ਗਿਆ ਕੁਲਦੀਪ ਬਰਾੜ ਦੇ ਵੱਲੋਂ ਤਾਂ ਵੱਖ ਵੱਖ ਜਿਹੜੇ ਕੁਝ ਗ੍ਰਾਫਿਕਸ ਦੇ ਜ਼ਰੀਏ ਪੂਰੀ ਚਰਚਾ ਦੇ ਦੌਰਾਨ ਵੀ ਤੁਸੀਂ ਪੜ੍ਹ ਸਕੋਗੇ ਦੇਖਦੇ ਰਹੋ ਕਿ ਆਖਿਰ ਕੀ ਕੁਝ ਵੱਡੀਆਂ ਸਟੇਟਮੈਂਟਸ ਨੇ ਜੋ ਵੱਡੀਆਂ ਸਟੇਟਮੈਂਟਸ ਦੇ ਵਿੱਚੋਂ ਇੱਕ ਸਟੇਟਮੈਂਟ ਤਾਂ ਇਹੀ ਹੈ ਕਿ ਪੰਜਾਬ ਦੇ ਵਿੱਚ ਜਲਦ ਖਾਲਿਸਤਾਨ ਦਾ ਐਲਾਨ 1984 ਦੇ ਵਿੱਚ ਹੋ ਸਕਦਾ ਸੀ ਜਨਰਲ ਬਰਾੜ ਇੱਕ ਤਰੀਕੇ ਨਾਲ ਕਹਿ ਰਹੇ ਨੇ ਕਿ ਜੇਕਰ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਐਲਾਨ ਹੋ ਜਾਂਦਾ ਐਲਾਨ ਤੱਕ ਗੱਲ ਸੀਮਤ ਨਹੀਂ ਹੈ
ਪੁਲਿਸ ਦੇ ਵਿੱਚ ਵੀ ਬਗਾਵਤ ਹੋ ਸਕਦੀ ਸੀ। ਦਰਅਸਲ ਜਦੋਂ ਪੂਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਪੈਰਲਰ ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਜਾਂ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਇਨਪੁੱਟ ਸੈਂਟਰ ਗਵਰਨਮੈਂਟ ਤੱਕ ਪਹੁੰਚ ਰਹੀ ਸੀ ਔਰ ਲਾਜ਼ਮੀ ਤੌਰ ਤੇ ਜੋ ਲੀਡ ਕਰ ਰਹੇ ਸੀ ਉਹਨਾਂ ਤੱਕ ਵੀ ਚੀਜ਼ਾਂ ਇਹ ਪਹੁੰਚ ਰਹੀਆਂ ਸੀ। ਤਾਂ ਉਸ ਦੇ ਵਿੱਚ ਉਹ ਵੀ ਜ਼ਿਕਰ ਕਰਦੇ ਨੇ ਕਿ ਜੇਕਰ ਇਹ ਆਪਰੇਸ਼ਨ ਨੂੰ ਜਲਦ ਖਤਮ ਨਾ ਕੀਤਾ ਜਾਂਦਾ ਤਾਂ ਖਾਲਿਸਤਾਨ ਵਰਗੀ ਗੱਲ ਹੋ ਸਕਦੀ ਸੀ। ਜੇ ਖਾਲਿਸਤਾਨ ਦਾ ਐਲਾਨ ਹੁੰਦਾ ਤਾਂ ਪਾਕਿਸਤਾਨ ਵਾਲੇ ਪਾਸੇ ਤੋਂ ਅਟੈਕ ਕੀਤਾ ਜਾ ਸਕਦਾ ਸੀ। ਆਪਾਂ ਸਾਰੇ ਜਾਣਦੇ ਹਾਂ ਕਿ ਅੰਮ੍ਰਿਤਸਰ ਬਿਲਕੁਲ ਤਕਰੀਬਨ ਬਾਰਡਰ ਦੇ ਉੱਤੇ ਹੈ, ਉੱਥੋਂ ਪਾਕਿਸਤਾਨ ਕੋਈ ਜ਼ਿਆਦਾ ਦੂਰ ਨਹੀਂ ਹੈ। ਤਾਂ ਇੱਕ ਤਰੀਕੇ ਨਾਲ ਪਾਕਿਸਤਾਨ ਅੰਦਰ ਵੜ ਸਕਦਾ ਸੀ, ਭਾਰਤ ਦੇ ਵਿੱਚ ਆ ਸਕਦਾ ਸੀ, ਪੰਜਾਬ ਦੇ ਵਿੱਚ ਆ ਸਕਦਾ ਸੀ। ਤਾਂ ਇਹ ਵੱਡੇ ਖੁਲਾਸੇ ਕੀਤੇ ਗਏ ਨੇ। ਸ਼ੁਰੂਆਤ ਕਰਾਂਗੇ, ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਮੈਂ ਜੋ ਸ਼ੁਰੂਆਤ ਕੀਤੀ ਕਿ ਆਖਿਰ ਇਸ ਚਰਚਾ ਦੀ ਜ਼ਰੂਰਤ ਕੀ ਹੈ, ਚਰਚਾ ਦੀ ਜ਼ਰੂਰਤ ਇਸ ਕਰਕੇ ਹੈ ਕਿਉਂਕਿ ਇਹ ਸਿੱਧਾ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਇੱਥੇ ਸਿਰਫ ਕੋਈ ਵੀ ਮੁੱਦਾ ਕਿਸੇ ਇੱਕ ਮਜ਼ਹਬ ਦਾ ਧਰਮ ਤੱਕ ਸੀਮਿਤ ਨਹੀਂ ਹੈ, ਇਸ ਔਰ ਜਵਾਬ ਲੈਣੇ ਜ਼ਰੂਰੀ ਨੇ, ਸਵਾਲ ਪੁੱਛਣੇ ਜ਼ਰੂਰੀ ਨੇ ਕਿ ਵਾਕਈ ਜਨਰਲ ਬਰਾੜ ਜੋ ਕਹਿ ਰਹੇ ਨੇ ਉਸਦਾ ਮੌਜੂਦਾ ਸਥਿਤੀ ਦੇ ਨਾਲ ਕੋਈ ਤਾਲੁਕਾਤ ਹੈ ਜਾਂ ਮੌਜੂਦਾ ਸਮੇਂ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਜਾਂ ਕਿਉਂ ਹੋ ਰਹੀ ਹੈ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਮੈਂ ਤਾਰੁਫ ਕਰਵਾਉਣਾ ਸਭ ਤੋਂ ਪਹਿਲਾਂ ਅੱਜ ਦੇ ਮਹਿਮਾਨਾਂ ਦੇ ਨਾਲ, ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸੰਘੇੜਾ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ। ਸਾਡੇ ਨਾਲ ਹਰਦੀਪ ਸਿੰਘ ਕਿੰਗਰਾ ਜੀ ਜੁੜ ਰਹੇ ਨੇ, HS ਕਿੰਗਰਾ ਜੀ ਕਾਂਗਰਸ ਨੂੰ ਰਿਪ੍ਰੈਜੈਂਟ ਕਰਨਗੇ। ਕਿੰਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪ੍ਰੈਜੈਂਟ ਕਰਨਗੇ। ਸੋਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪ੍ਰੈਜੈਂਟ ਕਰਨਗੇ। ਪੀਰ ਮੁਹੰਮਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਕਰਨੈਲ ਜੀ ਇਸ ਚਰਚਾ ਦੇ ਵਿੱਚ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਅੱਜ ਕਾਂਗਰਸ ਤੋਂ ਕਰਾਂਗਾ ਕਿਉਂਕਿ 84 ਦੇ ਮਸਲੇ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਜਾਂਦਾ ਹੈ ਔਰ ਕਾਂਗਰਸ ਤੋਂ ਹੀ ਜ਼ਿਆਦਾ ਸਵਾਲ ਪੁੱਛੇ ਜਾਂਦੇ ਨੇ। ਉਸ ਸਮੇਂ ਇੰਦਰਾ ਗਾਂਧੀ ਕਾਂਗਰਸ ਦੀ ਹੀ ਸਰਕਾਰ ਸੀ। ਕਿੰਗਰਾ ਸਾਹਿਬ ਸ਼ੁਰੂਆਤ ਤੁਹਾਡੇ ਤੋਂ, ਤੁਸੀਂ ਜਨਰਲ ਬਰਾੜ ਦੀਆਂ ਸਟੇਟਮੈਂਟਸ ਨੂੰ ਕਿਵੇਂ ਦੇਖ ਰਹੇ ਹੋ, ਪੁਆਇੰਟ ਨੰਬਰ 1, ਕਿਉਂਕਿ ਤੁਸੀਂ ਆਬਵੀਅਸ ਇਹ ਕਹੋਗੇ ਕਿ ਇਹ ਜਿਹੜੀਆਂ ਗੱਲਾਂ ਨੇ ਜਨਰਲ ਬਰਾੜ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਨੇ, ਕੀ ਤੁਹਾਨੂੰ ਟਾਈਮਿੰਗ ਦੇ ਉੱਤੇ ਕੋਈ ਕੁਐਸਚਨ ਮਾਰਕ ਹੈ? ਤੇ ਦੂਜੀ ਗੱਲ, ਕਿਉਂਕਿ ਜਨਰਲ ਬਰਾੜ ਖਾਲਿਸਤਾਨ ਵਰਗਾ ਜਿਹੜਾ ਜ਼ਿਕਰ ਉਹ ਵੀ ਕਰ ਰਹੇ ਕਿ ਖਾਲਿਸਤਾਨ ਦਾ ਐਲਾਨ ਹੋ ਸਕਦਾ ਸੀ ਔਰ ਉਸ ਸਮੇਂ ਦੀ ਸਰਕਾਰ ਨੂੰ ਵੀ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ। ਕਿੰਗਰਾ ਜੀ, ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਹੀ ਕਿਹਾ ਕਿ ਇਸ ਬਿਆਨ ਦੀ ਟਾਈਮਿੰਗ, ਇਸ ਬਿਆਨ ਦੀ ਟਾਈਮਿੰਗ ਜਿਹੜੀ ਹੈਗੀ ਹੈ ਉਹ BBC ਦੀ ਡਾਕੂਮੈਂਟਰੀ ਹੈ। ਇਸ ਬਿਆਨ ਦੀ ਟਾਈਮਿੰਗ ਹੈ ਭਾਰਤ ਜੋੜੋ ਯਾਤਰਾ ਦਾ ਸਕਸੈਸਫੁਲ ਕੰਪਲੀਸ਼ਨ। ਇਸ ਬਿਆਨ ਦੀ ਜਿਹੜੀ ਟਾਈਮਿੰਗ ਹੈ ਉਹ ਹੈ ਅਦਾਨੀ ਦਾ ਕਿਲਾ ਟਹਿਣਾ ਜਿਹੜਾ ਹੈ। ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਕੇਂਦਰ ਦੀ ਮੌਜੂਦਾ ਸਰਕਾਰ ਦੇ ਉਲਟ ਜਾਂਦੀਆਂ ਨੇ। ਹੁਣ ਗੱਲ ਕਰਦੇ ਹਾਂ ਆਪਾਂ ਜਨਰਲ KS ਬਰਾੜ ਦੀ। ਜਨਰਲ KS ਬਰਾੜ ਸੁੱਤੇ ਪਏ ਸੀ 40 ਸਾਲ? ਮੈਂ ਇਹ ਸਵਾਲ ਪੁੱਛਦਾ ਜਨਰਲ ਬਰਾੜ ਨੂੰ, ਤੁਸੀਂ 40 ਸਾਲ ਦੇ ਸੁੱਤੇ ਪਏ ਸੀ, 40 ਸਾਲ ਬਾਅਦ ਤੁਸੀਂ ਇਹੋ ਜਿਹੇ ਮੌਕੇ ਬਿਆਨ ਕਿਉਂ ਦੇ ਰਹੇ ਹੋ? ਤੀਜੀ ਗੱਲ ਜਿਹੜੀ ਹੈਗੀ ਹੈ ਜਨਰਲ ਬਰਾੜ ਦੇ ਬਾਰੇ ਉਹ ਇਹ ਹੈ ਕਿ ਜਨਰਲ ਬਰਾੜ ਨੇ ਇੱਕ ਕਿਤਾਬ ਲਿਖੀ ਹੈ ਆਪਰੇਸ਼ਨ ਬਲੂ ਸਟਾਰ ਦੇ ਉੱਤੇ। ਬਿਲਕੁਲ, ਕੀ ਜਨਰਲ ਬਰਾੜ ਨੇ ਖੁਲਾਸਾ ਆਪਦੀ ਕਿਤਾਬ ਦੇ ਵਿੱਚ ਕੀਤਾ? ਅੱਜ ਜਨਰਲ ਬਰਾੜ ਨੂੰ ਜਾਗ ਕਿੱਥੋਂ ਆ ਗਈ? ਚੌਥੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਗੌਰਵ ਜੀ ਦੱਸਦਾ ਕਿ ਇੱਕ ਬੁੱਕ ਲਿਖੀ ਹੈ ਰਮੇਸ਼ ਇੰਦਰ ਸਿੰਘ ਚੀਫ ਸੈਕਟਰੀ ਐਕਸ ਜਿਹੜੇ ਪੰਜਾਬ ਦੇ ਉਹਨਾਂ ਨੇ, ਜਿਹਦਾ ਜਿਹੜਾ ਰਿਵਿਊ ਹੈ ਉਹ ਮਾਰਕ ਟੱਲੀ ਨੇ ਤੇ ਹੋਰ ਵੱਡੇ ਵੱਡੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਲਿਖਿਆ ਹੈਗਾ। ਤੁਸੀਂ ਉਹ ਕਿਤਾਬ, ਮੈਂ ਇੱਕ ਬੇਨਤੀ ਕਰਦਾ ਕਿ ਪੰਜਾਬ ਦਾ ਹਰ ਵਸਿੰਦਾ ਉਸ ਕਿਤਾਬ ਨੂੰ ਪੜ੍ਹੇ, ਪਹਿਲਾਂ ਉੱਤੇ ਉਚੇਚੇ ਤੌਰ ਤੇ ਸਿੱਖ ਜਿਹੜੇ ਹੈ ਉਸ ਕਿਤਾਬ ਨੂੰ ਜ਼ਰੂਰ ਪੜ੍ਹਨ। ਉਸ ਕਿਤਾਬ ਦੇ ਹਰ ਪੰਨੇ ਦੇ ਵਿੱਚ ਜਨਰਲ ਬਰਾੜ ਦੀ ਐਰੋਗੈਂਸ ਦਾ ਜ਼ਿਕਰ ਡਿਪਟੀ ਕਮਿਸ਼ਨਰ ਉਸ ਵੇਲੇ ਦੇ ਅੰਮ੍ਰਿਤਸਰ ਨੇ ਕੀਤਾ ਹੋਇਆ, ਕਿਸ ਤਰ੍ਹਾਂ ਜਨਰਲ ਬਰਾੜ ਮੀਟਿੰਗਾਂ ਕੰਡਕਟ ਕਰਦੇ ਸੀ, ਕਿਸ ਤਰ੍ਹਾਂ ਸਿਵਲ ਅਥਾਰਟੀ ਨੂੰ ਜਨਰਲ ਬਰਾੜ ਸਨੱਬ ਕਰਦੇ ਸੀ, ਕਿਸ ਤਰ੍ਹਾਂ ਉਹਨਾਂ ਨੇ SP ਇੰਟੈਲੀਜੈਂਸ ਦੀ ਜਿਹੜੀ ਰਿਪੋਰਟ ਹੈ ਉਹਨੂੰ ਸਨੱਬ ਕੀਤਾ ਜਨਰਲ ਬਰਾੜ ਨੇ SP ਇੰਟੈਲੀਜੈਂਸ ਨੂੰ, ਕਿਸ ਤਰ੍ਹਾਂ ਡਿਪਟੀ ਕਮਿਸ਼ਨਰ ਨੂੰ ਆਪਦੀ ਗੱਡੀ ਲੈ ਕੇ ਗੋਲਡਨ ਟੈਂਪਲ ਜਾਣ ਨਹੀਂ ਦਿੱਤਾ ਗਿਆ, ਕਿਸ ਤਰ੍ਹਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਨੈਗੋਸੀਏਸ਼ਨ ਵਾਸਤੇ ਸਰੈਂਡਰ ਵਾਸਤੇ ਇਨਵੋਲਵ ਨਹੀਂ ਕੀਤਾ ਗਿਆ। ਰਮੇਸ਼ਿੰਦਰ ਸਿੰਘ ਉਹਦੇ ਚ ਲਿਖਦੇ ਨੇ ਕਿ ਜੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕੀਤਾ ਜਾਂਦਾ ਤਾਂ ਅਸੀਂ ਜਿਹੜਾ ਐਡਾ ਵੱਡਾ ਖੂਨੀ ਹਾਦਸਾ ਜਿਹੜਾ ਉਹ ਨਹੀਂ ਹੋਣ ਦਿੰਦੇ ਸੀ। ਇਹ ਗੱਲਾਂ ਜਨਰਲ ਨੂੰ ਪੜ੍ਹਨੇ, ਜਨਰਲ ਬਰਾੜ ਇੱਕ ਐਰੋਗੈਂਟ ਤਰੀਕੇ ਦੇ ਨਾਲ ਉਹਨਾਂ ਨੇ ਬਿਹੇਵ ਕੀਤਾ ਉਸ ਵੇਲੇ। ਮੈਂ ਸਲਾਮ ਕਰਦਾ ਭਾਰਤੀ ਫੌਜ ਦੇ ਹਰ ਸਿਪਾਹੀ ਨੂੰ ਤੇ ਹਰ ਜਰਨੈਲ ਨੂੰ, ਇਹਨਾਂ ਦੇ ਵਿੱਚੋਂ ਸਿੱਖ ਵੀ ਚੀਫ ਆਫ ਦੀ ਆਰਮੀ ਸਟਾਫ ਰਹੇ ਨੇ, ਉਹਦੇ ਚ ਦੂਜੇ ਵੀ ਬੰਦੇ ਰਹੇ ਨੇ।
ਠੀਕ ਹੈ ਮੈਂ ਕਿੰਗਰਾ ਸਾਹਿਬ ਐਡ ਕਰ ਦਵਾਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਨਫੈਕਟ ਉਸ ਇੰਟਰਵਿਊ ਦੇ ਵਿੱਚ ਇਹ ਵੀ ਜ਼ਿਕਰ ਹੈ ਹੋਪਫੁਲੀ ਸ਼ਾਇਦ ਤੁਸੀਂ ਵੀ ਸੁਣੀ ਹੋਏਗੀ ਜਨਰਲ ਬਰਾੜ ਆਪਣੇ ਬਿਆਨ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਨੇ ਕਿ ਉਸ ਸਮੇਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਆਫੀਸਰਸ ਨੇ ਜਾਂ ਫਿਰ ਇੱਥੇ ਜਿਹੜੇ ਹੋਰ ਐਡਮਿਨਿਸਟ੍ਰੇਟਿਵ ਆਫੀਸਰ ਸੀ 1984 ਦੇ ਵਿੱਚ ਸਭ ਕੁਝ ਤਹਿਸ ਨਹਿਸ ਹੋ ਚੁੱਕਾ ਸੀ ਫੇਲ ਹੋ ਚੁੱਕਾ ਸੀ ਇਸ ਕਰਕੇ ਹੀ ਤਾਂ ਆਰਮੀ ਨੂੰ ਸੱਦਣਾ ਪਿਆ ਉਹ ਆਪਣੇ ਬਿਆਨ ਦੇ ਵਿੱਚ ਕਹਿ ਰਹੇ ਨੇ ਕਿ ਇੱਥੇ ਤਾਂ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਲੋਕੀ ਬਿਜਲੀ ਜੇਕਰ ਨਹੀਂ ਆ ਰਹੀ ਸੀ ਉਸ ਦੇ ਲਈ ਪਿੰਡਰਾਂ ਵਾਲੇ ਦੇ ਕੋਲ ਜਾ ਰਹੇ ਸੀ ਇੰਨਾ ਬੁਰਾ ਹਾਲ ਸੀ ਐਡਮਿਨਿਸਟ੍ਰੇਸ਼ਨ ਦਾ ਜਨਰਲ ਬਰਾੜ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੇ ਆਈਪੀਐਸ ਆਫੀਸਰ ਜਿਨ੍ਹਾਂ ਦਾ ਰੈਂਕ ਹੈ ਉਹ ਬ੍ਰਿਗੇਡੀਅਰ ਤੋਂ ਉੱਤੇ ਸੀ ਮਿਲਟਰੀ ਦੇ ਵਿੱਚ ਉਹ ਕਿੰਨੇ ਆਈਪੀਐਸ ਅਫਸਰ ਪੰਜਾਬ ਦੇ ਜਿਹੜੇ ਨੇ ਉਹ ਭੇਟ ਚੜੇ ਨੇ ਉਸ ਵੇਲੇ ਦੇ ਕਾਲੇ ਯੁੱਗ ਨੂੰ ਇਸ ਕਰਕੇ ਜਨਰਲ ਬਰਾੜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੇ ਪੰਜਾਬ ਪੁਲਿਸ ਦੇ ਕਨਸਟੇਬਲ ਤੇ ਥਾਣੇਦਾਰ ਉਸ ਅਗਨ ਨੂੰ ਭੇਟ ਚੜੇ ਨੇ ਉਹ ਕਿਸ ਤਰ੍ਹਾਂ ਚੜੇ ਨੇ ਇਹ ਜਨਰਲ ਬਰਾੜ ਸਿਰਫ ਇੱਕ ਪਾਸੇ ਦੀ ਪਿਕਚਰ ਔਰ ਇਹਦਾ ਪ੍ਰੋਪਰ ਟਾਈਮ ਲੈ ਕੇ ਉਹਨੂੰ ਇਹਨੂੰ ਪੇਸ਼ ਕਰ ਰਹੇ ਨੇ ਇਸ ਕਰਕੇ ਜਨਰਲ ਬਰਾੜ ਨੂੰ ਪੁਲਿਸ ਦੇ ਉੱਤੇ ਅਸਪਰਸ਼ਨ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਪੰਜਾਬ ਪੁਲਿਸ ਵੀ ਉਸ ਔਖੇ ਸਮੇਂ ਦੇ ਵਿੱਚ ਨੰਗੀ ਹੈ ਤੇ ਪੰਜਾਬ ਪੁਲਿਸ ਨੇ ਵੀ ਬੜਾ ਔਖਾ ਸਮਾਂ ਵੇਖਿਆ ਮੇਰਾ ਇੱਕ ਆਈਪੀਐਸ ਅਫਸਰ ਪੁੱਛਦਾ ਸੀ ਉਹ ਕਹਿੰਦਾ ਸੀ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਤਾਂ ਸਾਡੀ ਘਰਵਾਲੀ ਦੇਖਦੀ ਹੈ ਸ਼ਾਇਦ ਮੈਂ ਉਹਦਾ ਮੂੰਹ ਆਖਰੀ ਵਾਰ ਦੇਖ ਰਿਹਾ ਹਾਂ ਦੇਖ ਰਹੀ ਹਾਂ ਪਤਾ ਨਹੀਂ ਵਾਪਸ ਆਏਗਾ ਕਿ ਨਹੀਂ ਆਏਗਾ ਉਸ ਕਾਲੇ ਦੌਰ ਚੋਂ ਨਿਕਲ ਕੇ ਕਿੰਨੇ ਪੁਲਿਸ ਅਫਸਰਾਂ ਨੇ ਸ਼ਹਾਦਤ ਦਿੱਤੀ ਹੈ ਤੇ ਜਨਰਲ ਬਰਾੜ ਅੱਜ ਕਹਿੰਦੇ ਨੇ ਪੁਲਿਸ ਲੜੀ ਹੋਈ ਸੀ ਇਹ ਪੁਲਿਸ ਇਹ ਜਨਰਲ ਬਰਾੜ ਦੀ ਐਰੋਗੈਂਸ ਅੱਜ ਵੀ ਦੱਸਦੀ ਹੈ ਕਿ ਜਨਰਲ ਬਰਾੜ ਨੇ ਜਿਹੜੀ ਹੈ ਉਹ ਐਰੋਗੈਂਟ ਤਰੀਕੇ ਦੇ ਨਾਲ ਜਿਹੜਾ ਅੱਛਾ ਜਨਰਲ ਬਰਾੜ ਉਹਨੂੰ ਬਿੰਦਰਨ ਵਾਲਾ ਕਹਿ ਰਹੇ ਹੈ ਜਨਰਲ ਬਰਾੜ ਦਾ ਪਿੰਡ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਪਿੰਡ ਆਪਸ ਚ 5-7 ਕਿਲੋਮੀਟਰ ਦੂਰ ਹੈ ਜਨਰਲ ਬਰਾੜ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਹੈ ਤੇ ਜਿਹੜੇ ਪਿੰਡਰਾ ਵਾਲੇ ਉਹਨਾਂ ਦਾ ਨਾਲ ਦਾ ਹੀ ਪਿੰਡ ਹੈ ਉੱਥੇ ਇਸ ਕਰਕੇ ਜਨਰਲ ਬਰਾੜ ਘੱਟੋ ਘੱਟ ਉਹਨੂੰ ਪਿੰਡਰਾ ਵਾਲਾ ਤਾਂ ਕਹਿ ਸਕਦੇ ਬਿੰਦਰਨ ਵਾਲਾ ਕਹਿ ਰਹੇ ਹੈ ਜਿਹੜਾ ਬੰਦਾ ਨਾਂ ਹੀ ਲੈ ਸਕਦਾ ਪਿੰਡਰਾ ਵਾਲੇ ਦਾ ਉਹ ਬੰਦਾ ਕੀ ਕਹੇਗਾ ਪਿੰਡਰਾ ਵਾਲੇ ਦੀ ਸ਼ਖਸੀਅਤ ਦੇ ਬਾਰੇ ਲਾਜ਼ਮੀ ਤੌਰ ਤੇ ਸਵਾਲ ਤਾਂ ਹੋਏਗਾ ਮੈਂ ਇੱਕ ਵਾਰੀ ਸਾਰੇ ਨੂੰ ਐਡ ਕਰ ਲਵਾਂ ਮੈਂ ਪਹਿਲਾਂ ਰੁਕ ਕਰਦਾ ਬੀਜੇਪੀ ਦਾ ਦੇਖੋ ਟਾਈਮਿੰਗ ਦੇ ਉੱਤੇ ਸਵਾਲ ਉੱਠ ਰਹੇ ਨੇ ਸੋਈ ਸਾਹਿਬ ਸੋਈ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਟਾਈਮਿੰਗ ਦੇ ਉੱਤੇ ਸਵਾਲ ਚੁੱਕ ਰਹੇ ਨੇ ਇੱਕ ਡਾਕੂਮੈਂਟਰੀ ਦਾ ਜ਼ਿਕਰ ਹੋ ਰਿਹਾ ਤੇ ਨਾਲ ਨਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਾਂਗਰਸ ਕਰ ਰਹੀ ਹੈ ਕਿ ਉਸ ਨੂੰ ਕਾਊਂਟਰ ਕਰਨ ਦੇ ਲਈ ਇਹ ਸਭ ਕੁਝ ਇੰਟਰਵਿਊ ਜਾਂ ਫਿਰ ਇਹ ਬਿਆਨ ਦਵਾਏ ਜਾ ਰਹੇ ਨੇ ਦੇਖੋ ਸਿੱਧਾ ਜੀ ਜਿਵੇਂ ਕਿ ਹਿਸਟਰੀ ਜਿਹੜੀ ਹੈ ਕਦੀ ਭੁਲਾਈ ਨਹੀਂ ਜਾ ਸਕਦੀ ਉਦਾਂ ਹੀ 35,000 ਜਿਹੜੇ ਇਨੋਸੈਂਟ ਲੋਕ ਪੰਜਾਬ 'ਚ ਮਰੇ ਨੇ ਉਹ ਕਿਸੇ ਵੀ ਹਾਲਤ 'ਚ ਭੁੱਲੇ ਨਹੀਂ ਜਾ ਸਕਦੇ ਤੁਸੀਂ ਟਾਈਮਿੰਗ ਦੀ ਗੱਲ ਕਰਦੇ ਹੋ ਅੱਜ ਜੇ ਇੰਟਰਵਿਊ ਆਈ ਆ ਤੇ ਉਹਨੇ ਸ਼ਰੇਆਮ ਕਿਹਾ ਇੰਦਰਾ ਗਾਂਧੀ ਇਸ ਵਾਸਤੇ ਜ਼ਿੰਮੇਵਾਰ ਸੀ ਅੱਜ ਦੇਖੋ ਜਦੋਂ ਅਸੀਂ ਜਨਰਲ ਕਹਿੰਦੇ ਪੁਲਿਸ ਵਾਲਿਆਂ ਦੀ ਗੱਲ ਕਰਦੇ ਨੇ ਤੁਸੀਂ ਆ ਦੇਖੋ ਜਿਸ ਬੰਦੇ ਨੂੰ ਮੈਂ ਸ਼ਰੇਆਮ ਤੁਹਾਡੇ ਟੀਵੀ ਚੈਨਲ ਤੇ ਕਹਿ ਰਿਹਾ ਹਾਂ ਹਿਸਟਰੀ ਸ਼ੋਅ ਕਰਦੀ ਹੈ ਕਿ ਇਹਨਾਂ ਨੇ ਕਾਂਗਰਸ ਨੇ ਖੁਦ ਸੰਤ ਜਰਨੈਲ ਸਿੰਘ ਭਿੰਡਰੇ ਵਾਲੇ ਨੂੰ ਪਲਾਂਟ ਕੀਤਾ ਸੀਗਾ ਸਾਰਿਆਂ ਨੂੰ ਪਤਾ ਕਿ ਕਾਂਗਰਸ ਨੇ ਸਿਰਫ ਸੰਤਾਂ ਦੀ ਸਿਆਸਤ ਕੀਤੀ ਸੀਗੀ ਚਾਹੇ ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਹੋਵੇ ਉਦੋਂ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ ਸੀਗਾ ਇਹਨਾਂ ਨੇ ਸੰਤ ਫਤਿਹ ਸਿੰਘ ਖੜਾ ਕੀਤਾ ਮਾਸਟਰ ਤਾਰਾ ਸਿੰਘ ਦੇ ਖਿਲਾਫ ਫਿਰ ਇਹਨਾਂ ਨੇ ਜਿਹੜੀ ਹਿਸਟਰੀ ਹੈ ਮੈਂ ਇਹਦੇ ਉੱਪਰ ਬੁੱਕ ਲਿਖੀ ਹੈ ਮੈਂ ਤੁਹਾਨੂੰ ਕਈ ਵੇਲੇ ਭੇਜਾਂਗਾ ਵੀ ਸੰਜੇ ਗਾਂਧੀ ਦੀ ਡਿਊਟੀ ਲੱਗੀ ਸੀਗੀ ਜਦੋਂ ਐਮਰਜੈਂਸੀ ਲੱਗੀ ਹੈ ਤੇ ਇੰਦਰਾ ਗਾਂਧੀ ਹਾਰੀ ਹੈ ਉਦੋਂ ਸੰਜੇ ਗਾਂਧੀ ਦੀ ਡਿਊਟੀ ਲੱਗੀ ਸੀਗੀ ਕਿ ਜਾਓ ਲੱਭ ਕੇ ਲਿਆਓ ਸੰਤ ਕਿਹੜੇ ਨੇ ਪੰਜਾਬ 'ਚ ਤੇ ਸੰਤਾਂ ਨੂੰ ਖੜਾ ਕੀਤਾ ਜਾਵੇ ਅਕਾਲੀ ਲੀਡਰਸ਼ਿਪ ਦੇ ਖਿਲਾਫ ਇਹਨਾਂ ਨੇ ਦੋ ਸੰਤਾਂ ਦੇ ਬਾਰੇ ਦੱਸਿਆ ਜਿਹਦੇ 'ਚ ਇੱਕ ਸੰਤ ਕਰਨੈਲ ਸਿੰਘ ਪਿੰਡਰਾ ਵਾਲੇ ਸੀਗੇ ਦੂਜੇ ਸੰਤ ਹਰਚਰਨ ਸਿੰਘ ਲੌਂਗੋਵਾਲ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਆਹ ਸਾਡੇ ਸਿੱਖ ਕਹਿੰਦੇ ਨੇ ਉਹ ਤੋਂ ਪਹਿਲਾਂ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਠੀਕ ਹੈ ਤਾਂ ਜਦੋਂ ਗਿਆਨੀ ਜੈਲ ਸਿੰਘ ਹਾਰਿਆ ਜਦੋਂ ਗਿਆਨੀ ਜੈਲ ਸਿੰਘ ਦੇ ਇਲੈਕਸ਼ਨ ਹਾਰਿਆ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਵਾਜ਼ ਇਨ ਟੱਚ ਵਿਦ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਜਦੋਂ ਨਿਰੰਕਾਰੀਆਂ ਦਾ ਕਤਲੇਆਮ ਸਾਰੀਆਂ ਮੈਂ ਸੋਈ ਸਾਹਿਬ ਤੁਹਾਡੇ ਕੋਲ ਵਾਪਸ ਆ ਰਿਹਾ ਦਰਅਸਲ ਤੁਹਾਡੀ ਆਵਾਜ਼ ਵੀ ਥੋੜੀ ਮਤਲਬ ਬਲਾਸਟ ਹੋ ਕੇ ਆ ਰਹੀ ਹੈ ਬਹੁਤ ਕਲੀਅਰ ਨਹੀਂ ਸ਼ਾਇਦ ਦਰਸ਼ਕਾਂ ਨੂੰ ਸਮਝ ਆ ਰਹੀ ਹੋਏਗੀ ਤਾਂ ਮੈਂ ਆਪਣੀ ਟੀਮ ਨੂੰ ਕਵਾਂਗਾ ਕਿ ਜ਼ਰੂਰ ਇੱਕ ਵਾਰੀ ਚੈੱਕ ਕਰ ਲੈਣ ਕਿ ਆਵਾਜ਼ ਉਹਨਾਂ ਦੀ ਕਲੀਅਰ ਸਾਡੇ ਤੱਕ ਪਹੁੰਚੇ ਮੈਂ ਅੱਗੇ ਵੱਧਦਾ ਮੈਂ ਸੋਈ ਸਾਹਿਬ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਮੈਂ ਜਲਦੀ ਤੁਹਾਡੇ ਕੋਲ ਵਾਪਸ ਆਊਂਗਾ ਮੈਂ ਇੱਕ ਵਾਰੀ ਸੰਘੇੜਾ ਸਾਹਿਬ ਔਰ ਕਰਨੈਲ ਪੀਰ ਮੁਹੰਮਦ ਜੀ ਸਾਡੇ ਨਾਲ ਨੇ ਉਹਨਾਂ ਦਾ ਰੁੱਖ ਕਰ ਲਵਾਂ ਸੰਘੇੜਾ ਸਾਹਿਬ ਇਸ ਇੰਟਰਵਿਊ ਇਹਨਾਂ ਬਿਆਨਾਂ ਨੂੰ 84 ਦਾ ਜ਼ਿਕਰ ਖਾਲਿਸਤਾਨ ਦਾ ਜ਼ਿਕਰ ਇੰਦਰਾ ਗਾਂਧੀ ਦਾ ਜ਼ਿਕਰ ਭਿੰਡਰਾਂ ਵਾਲੇ ਦਾ ਜ਼ਿਕਰ ਆਮ ਆਦਮੀ ਪਾਰਟੀ ਕਿਵੇਂ ਦੇਖ ਰਹੀ ਹੈ ਗੌਰਵ ਸ਼ੁਕਲਾ ਜੀ ਇਹ ਜਿਹੜਾ ਸਮਾਂ ਆ ਤੁਸੀਂ ਗੱਲ ਕੀਤੀ ਹੈ ਇੱਕ ਤਾਂ ਕਿਹੜੇ ਸਮੇਂ ਤੇ ਬਰਾੜ ਸਾਹਿਬ ਕੀ ਬੋਲ ਰਹੇ ਨੇ
ਤੇ ਇਹ ਵੀ ਸਹੀ ਆ ਕਿ ਪਹਿਲਾਂ ਬੁੱਕ ਲਿਖ ਚੁੱਕੇ ਨੇ ਉਹਦੇ ਵਿੱਚ ਕਾਫੀ ਤੱਥ ਇਹਨਾਂ ਨੇ ਉਜਾਗਰ ਕੀਤੇ ਇਹਨਾਂ ਦੀ ਇਹਨਾਂ ਦੇ ਬਿਆਨਾਂ ਤੋਂ ਜਦਕਿ ਸੱਚਾਈ ਜਿਹੜੀ ਹੈ ਉਹ ਕੁਛ ਹੋਰ ਹੈ ਜੋ ਕਿੰਗਰਾ ਸਾਹਿਬ ਵੀ ਬੋਲ ਰਹੇ ਨੇ ਉਹ ਕਿੰਗਰਾ ਸਾਹਿਬ ਵੀ ਇਸ ਤਰ੍ਹਾਂ ਕਰ ਰਹੇ ਨੇ ਜਿੱਦਾਂ ਕਾਂਗਰਸ ਨੇ ਕੀਤਾ ਹੀ ਕੁਛ ਨਹੀਂ ਹੈ ਵੀ ਬਰਾੜ ਸਾਹਿਬ ਜਿਹੜੇ ਸੀਗੇ ਉਹ ਇੱਕ ਆਫਿਸਰ ਸੀਗੇ ਸੀਨੀਅਰ ਰੈਂਕ ਤੇ ਸੀਗੇ ਆਰਮੀ ਦੇ ਵਿੱਚ ਸੀਗੇ ਆਰਮੀ ਡਿਸਿਪਲਿਨਡ ਫੋਰਸ ਹੈ ਪੁਲਿਸ ਡਿਸਿਪਲਿਨਡ ਫੋਰਸ ਹੈ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਨੂੰ ਜਿਹੜੀ ਕੇਂਦਰ ਸਰਕਾਰ ਹੈਂਡਲ ਕਰਦੀ ਸੀਗੀ ਕੇਂਦਰ ਸਰਕਾਰ ਦੇ ਇੰਦਰਾ ਗਾਂਧੀ ਦੇ ਲੈਵਲ ਤੇ ਫੈਸਲਾ ਹੋਇਆ ਸਾਰੇ ਕੁਛ ਕਰਨ ਦਾ ਔਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਐਗਜ਼ੋਨਰੇਟ ਨਹੀਂ ਕਰਦਾ ਬਰਾੜ ਸਾਹਿਬ ਜਾਂ ਬਾਕੀ ਲੋਕ ਜਿਹੜੇ ਸੀਗੇ ਪਰ ਇਹ ਵੱਡੇ ਪੱਧਰ ਤੇ ਇੱਕ ਸਿਆਸੀ ਖੇਡ ਸੀਗੀ ਜਿਹੜੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਕਿਉਂਕਿ ਜਦੋਂ ਵੀ ਇਹ ਪਹਿਲਾਂ ਐਜੀਟੇਸ਼ਨ ਚੱਲਦੀ ਸੀਗੀ ਨਾ ਇੱਕ ਮੋਰਚਾ ਲੱਗਿਆ ਮੋਰਚੇ ਦੇ ਵਿੱਚ ਇੱਕ ਅਕਾਲੀ ਦਲ ਨੇ ਪੰਜਾਬ ਦੇ ਲਈ ਹੱਕੀ ਮੰਗਾਂ ਰੱਖੀਆਂ ਜਿਹੜੀਆਂ ਕਿ ਜਮਹੂਰੀਅਤ ਲਈ ਸਾਰੀਆਂ ਪਾਰਟੀਆਂ ਉਹਨਾਂ ਨਾਲ ਸਹਿਮਤ ਸੀਗੀਆਂ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਇੱਕ ਅਮਰੀਕ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਯੂਥ ਜਿਹੜੇ ਫੈਡਰੇਸ਼ਨ ਦੇ ਆਗੂ ਸੀਗੇ ਉਹਨਾਂ ਨੇ ਇੱਕ ਧਰਮ ਯੁੱਧ ਮੋਰਚਾ ਲਾਇਆ ਸੀਗਾ ਉਹਦੇ ਵਿੱਚ ਕੁਛ ਮੰਗਾਂ ਸੀਗੀਆਂ ਕੁਛ ਧਾਰਮਿਕ ਸੀਗੀਆਂ ਕੁਛ ਹੋਰ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚੇ ਧਾਰਮਿਕ ਮੋਰਚੇ ਨੂੰ ਜਿਹੜਾ ਅਪਣਾ ਲਿਆ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਕਿ ਸਹੀ ਅਰਥਾਂ 'ਚ ਸੰਤ ਸਨ ਉਹਨਾਂ ਨੂੰ ਉਹਦਾ ਮੋਰਚਾ ਡਿਕਟੇਟਰ ਬਣਾ ਦਿੱਤਾ ਸੋ ਦੋਨਾਂ ਪਾਸਿਓਂ ਸਿਆਸੀ ਲੜਾਈ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਕਾਂਗਰਸ ਨੇ ਸਿੱਧਾ ਸਿੱਧਾ ਇਹ ਭਾਵਨਾਵਾਂ ਦੀ ਜਿਹੜੀ ਆ ਖਨਨ ਕੀਤਾ ਆ ਇਹਦੇ ਵਿੱਚ ਗੱਲਾਂ ਹੋਰ ਕਈ ਕਰਨ ਵਾਲੀਆਂ ਆ ਕਿ ਕਾਂਗਰਸ ਪਾਰਟੀ ਨੇ ਕਿਸ ਮੌਕੇ 'ਤੇ ਅਟੈਕ ਕੀਤਾ ਦਰਬਾਰ ਸਾਹਿਬ 'ਤੇ ਉਹ ਉਸ ਦਿਨ ਗੁਰਪੁਰਬ ਦਾ ਦਿਨ ਸੀਗਾ ਜਦੋਂ ਸਭ ਤੋਂ ਵੱਧ ਬੱਚੇ ਸਭ ਤੋਂ ਵੱਧ ਲੇਡੀਜ਼ ਉੱਥੇ ਹੁੰਦੀਆਂ ਆ ਅਤੇ ਬਰਾੜ ਸਾਹਿਬ ਨੇ ਇੱਕ ਕੰਮ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ ਇਹ ਸਾਰਾ ਕੁਛ ਵਿਗੜਨ ਦਿੱਤਾ ਸਹੀ ਹੈ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਸੀ ਕਾਂਗਰਸ ਕਿਸੇ ਨਾ ਕਿਸੇ ਤਰ੍ਹਾਂ ਹਥਿਆਉਣਾ ਚਾਹੁੰਦੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਆ ਉਹ ਕਾਂਗਰਸ ਨੂੰ ਡਰਾਉਣਾ ਚਾਹੁੰਦਾ ਸੀ ਜਾਂ ਉਹ ਚਾਹੁੰਦਾ ਸੀ ਕਿ ਇੱਥੇ ਸਿੱਖਾਂ ਦੀ ਬਹੁਤ ਸੰਮਤੀ ਆ ਅਸੀਂ ਸਿੱਖਾਂ ਦੀ ਨੁਮਾਇੰਦਾ ਪਾਰਟੀ ਹਾਂ ਸਾਡੇ ਹੱਥ 'ਚ ਰਾਜ ਰਹੇ ਅਦਰਵਾਈਜ਼ ਉਹਨਾਂ ਦਾ ਵੀ ਪੰਜਾਬ ਦੀ ਭਲਾਈ ਨਾਲ ਜਾਂ ਹੋਰ ਕਿਸੇ ਨਾਲ ਕੋਈ ਤਾਲੁਕਾਤ ਨਹੀਂ ਸੀਗਾ ਜਿਹੜਾ ਉਹਨਾਂ ਨੇ ਸਾਬਤ ਕਰਤਾ ਰਾਜ ਆਉਣ ਤੋਂ ਬਾਅਦ ਉਸ ਵੇਲੇ ਤੁਸੀਂ ਮਰਜੀਵੜਿਆਂ ਦੀ ਫੌਜ ਕਿਹਨੇ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਇਤਫਾਕ ਰੱਖ ਰਹੇ ਹੋ ਜਨਰਲ ਬਰਾੜ ਦੀਆਂ ਸਟੇਟਮੈਂਟਸ ਦੇ ਨਾਲ ਦੇਖੋ ਜਨਰਲ ਬਰਾੜ ਦੀ ਸਟੇਟਮੈਂਟ ਮੈਨੂੰ ਤਾਂ ਹੁਣ ਵੀ ਸਿਆਸੀ ਲੱਗਦੀ ਹੈ ਕਿਉਂਕਿ ਉਹ ਲੱਗਦੀ ਹੈ ਸਿਆਸੀ ਕਿੰਨਾ ਦੇਖੋ ਪਹਿਲੀ ਗੱਲ ਤਾਂ ਟਾਈਮਿੰਗ ਤੇ ਹੈ ਨਾਲੇ ਇਹ ਗੱਲ ਤੁਸੀਂ ਮਤਲਬ ਕਿੰਗਰਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਹੋ ਕਿ ਡਾਕੂਮੈਂਟਰੀ ਆ ਭਾਰਤ ਜੋੜੋ ਯਾਤਰਾ ਨੂੰ ਕਾਊਂਟਰ ਕਰਨ ਦੇ ਲਈ ਇਸ ਤਰੀਕੇ ਭਾਰਤ ਜੋੜੋ ਯਾਤਰਾ ਨੂੰ ਕੌਣ ਪੁੱਛਦਾ ਆ ਸ਼੍ਰੋਮਣੀ ਕਿਉਂਕਿ ਦੇਖੋ ਅੱਗੇ ਇਲੈਕਸ਼ਨ ਤਾਂ ਆ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਉਸੇ ਹੀ ਰਾਹ ਤੇ ਚੱਲੇਗੀ ਮੈਂ ਤੁਹਾਨੂੰ ਦੱਸ ਦਿੰਦਾ ਕਾਫੀ ਹੱਦ ਤੱਕ ਚੱਲ ਵੀ ਰਹੀ ਹੈ ਕਿਉਂਕਿ ਇਹ ਵੱਡੀਆਂ ਪਾਰਟੀਆਂ ਜਿਹੜੀਆਂ ਇਹਨਾਂ ਨੇ ਕਦੀ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਿਹੜੀ ਆ ਰੁਜ਼ਗਾਰ ਦਾ ਮਸਲਾ ਆ ਬਿਜਲੀ ਪਾਣੀ ਦਾ ਮਸਲਾ ਆ ਸਿਹਤ ਸਹੂਲਤਾਂ ਦਾ ਮਸਲਾ ਆ ਬੁਨਿਆਦੀ ਮਸਲੇ ਕਦੀ ਲੋਕਾਂ ਦੇ ਹੱਲ ਨਹੀਂ ਕੀਤੇ ਵੋਟਾਂ ਦੇ ਨੇੜੇ ਤੇੜੇ ਜਾ ਕੇ ਕੋਈ ਇੱਦਾਂ ਦੀਆਂ ਘਟਨਾਵਾਂ ਕਰਦੇ ਆ ਪੋਲਰਾਈਜੇਸ਼ਨ ਕਰਦੇ ਆ ਵੋਟਾਂ ਬਟੋਰਦੇ ਆ ਪਰ ਜਦੋਂ ਪੰਜਾਬ 'ਚ ਪੋਲਰਾਈਜੇਸ਼ਨ ਉਦੋਂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਦੇ ਲੋਕ ਅਣਖੀ ਨੇ ਉਹ ਥੋੜ੍ਹੀ ਜਿਹੀ ਜ਼ਿਆਦਾ ਵੱਧ ਗਈ ਤੁਸੀਂ ਦੇਖੋ ਨਾ ਐਗਜ਼ਾਮਪਲ ਲਓ ਕੁੱਕੀ ਗਿੱਲ ਇੱਕ ਮੁੰਡਾ ਆ ਜਿਹਨੇ ਸਿੱਖ ਸੰਘਰਸ਼ ਦੌਰਾਨ ਸਭ ਤੋਂ ਵੱਧ ਜੇਲ੍ਹ ਕੱਟੀ ਹੈ ਰਣਜੀਤ ਸਿੰਘ ਉਹਦੇ ਡੈਡੀ ਡੀਨ ਸੀਗੇ ਵਾਈਸ ਚਾਂਸਲਰ ਰਹੇ ਆ ਪੰਜਾਬੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿੱਥੇ ਮੈਂ ਪੜ੍ਹਿਆ ਮੈਂ ਉਸ ਵੇਲੇ PhD ਕਰਦਾ ਸੀ ਜਦੋਂ ਇਹ ਸਾਰਾ ਕੁਛ ਹੋਇਆ ਆ ਕੁੱਕੀ ਨੂੰ ਮੈਂ ਪਰਸਨਲੀ ਜਾਣਦਾ ਸੀਗਾ ਜਾਣਦਾ ਹਾਂ ਜਿਹਨੇ ਸਭ ਤੋਂ ਵੱਧ ਜੇਲ੍ਹ ਕੱਟੀ ਹੈ ਔਰ ਉਹ ਹਾਕੀ ਦਾ ਬਹੁਤ ਵਧੀਆ ਪਲੇਅਰ ਸੀਗਾ ਮੈਂ ਬਾਸਕਟਬਾਲ ਖੇਡਦਾ ਹੁੰਦਾ ਸੀਗਾ ਉਹ ਇਹਨਾਂ ਸਾਰੇ ਤਸ਼ੱਦਦ ਚੋਂ ਜੋ ਕੁਛ ਹੋਇਆ ਭਾਵਕ ਹੋ ਕੇ ਇਸ 'ਚ ਸ਼ਾਮਿਲ ਹੋ ਗਿਆ ਉਹ ਜਦਕਿ ਉਹਦੀ ਅਮੈਰੀਕਾ ਐਡਮਿਸ਼ਨ ਹੋਈ ਸੀ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਯੂਥ ਸ਼ਾਮਿਲ ਹੋ ਗਏ ਇਹਦੇ ਬਾਰੇ ਮੁੱਖ ਦੋਸ਼ੀ ਜਿਹੜੀ ਹੈ ਕਾਂਗਰਸ ਪਾਰਟੀ ਹੈ ਇੰਦਰਾ ਗਾਂਧੀ ਸੀਗੀ ਔਰ ਜੋ ਤਸ਼ੱਦਦ ਹੋਇਆ ਕਿਸੇ ਦਿਨ ਤੁਸੀਂ ਤਸ਼ੱਦਦ ਦੇ ਵੀ ਡਿਬੇਟ ਰੱਖ ਲਓ ਮੈਂ ਨਹੀਂ ਕਹਿੰਦਾ ਇੱਕ ਪਾਸੇ ਹੋਇਆ ਜੋ ਸਿੱਖ ਮੁੰਡਿਆਂ ਨਾਲ ਹੋਇਆ ਸਿੱਖ ਪਰਿਵਾਰਾਂ ਨਾਲ ਹੋਇਆ ਹਿੰਦੂਆਂ ਨਾਲ ਹੋਇਆ ਇਹ ਵੀ ਸ਼ੋਰ ਨਹੀਂ ਹੈ ਅਜੇ ਤੱਕ ਕਿ ਹਿੰਦੂ ਜਿਹੜੇ ਲੋਕ ਮਾਰੇ ਗਏ ਸੀ ਬੱਸਾਂ ਚੋਂ ਕੱਢ ਕੱਢ ਕੇ ਉਹ ਏਜੰਸੀਆਂ ਨੇ ਮਾਰੇ ਆ ਜਾਂ ਕਿਹਨਾਂ ਨੇ ਮਾਰੇ ਆ ਜਾਂ ਇਹ ਆਪਣੇ ਥਾਣਿਆਂ 'ਚੋਂ FIR ਕੱਢ ਕੇ ਦਿਖਾ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਨਾ ਹੁੰਦੀ ਦੇ ਵਿੱਚ ਇਹ ਵੀ ਇਤਰਾਜ਼ ਦੀ ਹੈ ਸਾਡੀ ਸਿਆਸੀ ਖੇਡ ਸੀਗੀ ਸਿਆਸੀ ਖੇਡ ਸਿਆਸੀ ਲੋਕਾਂ ਨੂੰ ਮਤਲਬ ਤੁਸੀਂ ਇਸ ਸਮੇਂ ਕਹਿਣਾ ਚਾਹ ਰਹੇ ਹੋ ਕਿ ਜਨਰਲ ਬਰਾੜ ਦਾ ਜ਼ਿਕਰ ਕਰਕੇ ਕਾਂਗਰਸ ਜਾਂ ਕਿੰਗਰਾ ਸਾਹਿਬ ਦੀਆਂ ਸਟੇਟਮੈਂਟ ਕਿ ਕਾਂਗਰਸ ਬਚਣਾ ਚਾਹੁੰਦੀ ਹੈ ਇਸ ਪੂਰੇ ਘਟਨਾਕ੍ਰਮ ਦੇ ਜੋ ਕੁਝ ਹੋਇਆ ਸਾਰੇ ਲਾਸ਼ਾਂ ਤੇ ਵੀ ਸਿਆਸਤ ਕਰਨ ਲੱਗ ਜਾਂਦੀਆਂ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਮੁੱਦਿਆਂ ਤੇ ਸਿਆਸਤ ਕਰਨੀ ਚਾਹੀਦੀ ਹੈ ਆਪਾਂ ਇੱਕ ਵਾਰੀ ਹੁਣ ਤਾਂ ਜਵਾਬ ਲਵਾਂਗੇ ਮੈਂ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੂੰ ਵੀ ਐਡ ਕਰ ਲਵਾਂ ਕਿੰਗਰਾ ਸਾਹਿਬ ਇਕੱਠੇ ਤੁਸੀਂ ਜਵਾਬ ਦੇ ਦਿਓ ਪੀਰ ਮੁਹੰਮਦ ਜੀ ਮੇਰੀ ਆਵਾਜ਼ ਹੋਪਫੁਲੀ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ ਅਕਾਲੀ ਦਲ ਇਹਨਾਂ ਸਟੇਟਮੈਂਟਸ ਨੂੰ ਕਿਵੇਂ ਦੇਖ ਰਿਹਾ ਮੈਂ ਸਪੈਸੀਫਿਕਲੀ ਜੋ ਭਿੰਡਰਾਂ ਵਾਲਿਆਂ ਨੂੰ ਲੈ ਕੇ ਸਟੇਟਮੈਂਟ ਜਨਰਲ ਬਰਾੜ ਦੇ ਵੱਲੋਂ ਦਿੱਤੀ ਗਈ ਆ ਉਹਨੂੰ ਲੈ ਕੇ ਪੁੱਛਣਾ ਚਾਹੁੰਦਾ
क्योंकि ਭਿੰਡਰਾਂ ਵਾਲਿਆਂ ਦੇ ਲਈ ਜਨਰਲ ਬਰਾੜ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਦਾ ਕੱਦ ਵਧਣ ਦਿੱਤਾ। ਇਸ ਦੇ ਦੋ ਮਤਲਬ ਕੱਢੇ ਜਾ ਸਕਦੇ ਨੇ, ਇੱਕ ਕਿ ਜੋ ਭਿੰਡਰਾਂ ਵਾਲੇ ਕਰ ਰਹੇ ਸੀ ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ, ਦੂਜਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਿਆਸੀ ਸ਼ੈ ਇੱਕ ਤਰੀਕੇ ਦੇ ਨਾਲ ਉਸ ਸਮੇਂ ਦੀ ਸਰਕਾਰ ਨੇ ਭਿੰਡਰਾਂ ਵਾਲਿਆਂ ਨੂੰ ਦਿੱਤੀ। ਅਕਾਲੀ ਦਲ ਕਿਵੇਂ ਦੇਖਦਾ ਇਹ? ਸ਼ੁਕਲਾ ਜੀ, ਇਸ ਇੰਟਰਵਿਊ ਨੂੰ ਸਮਝਣ ਲਈ ਇੱਕ ਪੱਖ ਜਿਹੜਾ ਖਬਰ ਏਜੰਸੀ ANI ਨੇ ਦਿਖਾਇਆ ਉਹ ਕੁਲਦੀਪ ਸਿੰਘ ਬਰਾੜ ਦਾ, ਜਿਹੜਾ ਦੂਸਰਾ ਪੱਖ ਹੈ ਉਹ ਪੱਖ ਜਿਹੜਾ ਉਹ ਦਮਦਮੀ ਟਕਸਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੇ ਕੋਈ ਇੰਟਰਵਿਊ ਕਰੇ ਤਾਂ ਫਿਰ ਅਸੀਂ ਚੰਗੇ ਤਰੀਕੇ ਦੇ ਨਾਲ ਇਹ ਸਾਰਾ ਉਸ ਵੇਲੇ ਦਾ ਬਿਰਤਾਂਤ ਦੱਸ ਸਕਦੇ ਹਾਂ। ਉਹ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ ਪੰਜਾਬ ਦੀਆਂ ਹੱਕੀ ਮੰਗਾਂ ਲਈ, ਜਿਹੜਾ ਸੰਘਰਸ਼ ਧਰਮਯੁੱਧ ਮੋਰਚੇ ਦੇ ਰੂਪ ਦੇ ਵਿੱਚ ਲੜਿਆ ਗਿਆ। ਉਸ ਸੰਘਰਸ਼ ਦੇ ਵਿੱਚ ਜਿਵੇਂ ਸੰਘੇੜਾ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਨਿੱਤ ਦਿਹਾੜੇ ਗ੍ਰਿਫਤਾਰ ਕੀਤਾ ਜਾਂਦਾ ਸੀ, ਉਹਨਾਂ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸ਼ਾਮਿਲ ਸਨ। ਅਤੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਮੋਰਚਾ ਜਿਹੜਾ ਸਾਂਝੇ ਰੂਪ ਦੇ ਵਿੱਚ, ਕਿਉਂਕਿ ਜਬਰ ਦੇ ਖਿਲਾਫ ਜਿਹੜਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਸੀ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸਰਗਰਮ ਸ਼ਮੂਲੀਅਤ ਹੋਈ, ਅਤੇ ਉਹ ਐਂਡ ਤੱਕ ਜਦੋਂ ਤੱਕ ਜੂਨ 1984 ਦਾ ਇਹ ਜਿਹੜਾ ਘੱਲੂਘਾਰਾ ਵਾਪਰਿਆ ਉਹ ਜਿਹੜਾ ਸੰਘਰਸ਼ ਹੈ ਬਿਲਕੁਲ ਆਪਸੀ ਬਿਲਕੁਲ ਇੱਕਜੁੱਟਤਾ ਦੇ ਨਾਲ ਲੜਿਆ ਜਾਂਦਾ ਰਿਹਾ। ਲੇਕਿਨ ਕੁਲਦੀਪ ਬਰਾੜ ਦਾ ਜਿਹੜਾ ਪੱਖ ਹੈ ਉਸ ਦੇ ਵਿੱਚ ਇੱਕ ਸਮਾਂ ਅਤੇ ਜਿਹੜਾ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣਾ ਪੱਖ ਦੱਸਿਆ ਉਸ ਦੇ ਵਿੱਚ ਬਹੁਤ ਸਾਰਾ ਝੂਠ ਸ਼ਾਮਿਲ ਹੈਗਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਿਹੜਾ ਕੱਦ ਹੈ ਉਹਨਾਂ ਦੇ ਨਾਮ ਸਿਮਰਨ ਨਾਲ ਗੁਰਬਾਣੀ ਦੇ ਨਾਲ ਜੁੜਿਆ ਹੋਇਆ, ਉਹਨਾਂ ਦਾ ਕੱਦ ਪਹਿਲਾਂ ਹੀ ਬਹੁਤ ਵੱਡਾ ਸੀ, ਉਸ ਕੱਦ ਦੇ ਵਿੱਚ ਕੋਈ ਦੁਨਿਆਵੀ ਮਨੁੱਖ ਕੋਈ ਆਪਣਾ ਹਿੱਸਾ ਨਹੀਂ ਪਾ ਸਕਦਾ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਸਮਝਣ ਲਈ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰਨੀ ਪਵੇਗੀ। ਉਹ ਹਰ ਵਕਤ ਗੁਰਬਾਣੀ ਸਿਮਰਨ ਦੇ ਨਾਲ ਕਥਾ ਦੇ ਨਾਲ ਔਰ ਸਿੱਖ ਸੰਗਤਾਂ ਨੂੰ ਜੋੜਦੇ ਸਨ ਅਤੇ ਆਪ ਉਸ ਦੇ ਅਭਿਆਸੀ ਸਨ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਮੈਂ ਮੌਜੂਦਾ ਕੇਂਦਰ ਸਰਕਾਰ ਨੂੰ ਖਾਸ ਕਰਕੇ BJP ਨੂੰ ਇਹ ਕਹਾਂਗਾ ਕਿ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਉਹ ਗਲਤੀਆਂ ਤੁਸੀਂ ਕਰ ਰਹੇ ਹੋ। ਇੱਥੇ ਬੰਦੀ ਸਿੰਘ ਜਿਹੜੇ ਆ ਉਹਨਾਂ ਦੀ ਰਿਹਾਈ ਦੇ ਲਈ ਪਾਰਲੀਮੈਂਟ ਦੇ ਵਿੱਚ ਔਰ ਰਾਜ ਸਭਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਾਰ ਵਾਰ ਬੋਲ ਰਿਹਾ। ਅੱਜ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਉੱਥੇ ਆਪਣੀ ਸਪੀਚ ਦੇ ਕੇ ਉਹ ਜਿਹੜੀ ਕੇਂਦਰੀ ਹਕੂਮਤ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਮੋਰਚੇ ਲੱਗੇ ਹੋਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤੀ ਮੁਹਿੰਮ ਚਲਾ ਰਹੀ ਹੈ, ਲੇਕਿਨ ਅੱਜ ਵੀ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਹੋ ਜਿਹਾ ਪ੍ਰੋਪੋਗੰਡਾ ਹੈ, ਉਸ ਪ੍ਰੋਪੋਗੰਡੇ ਨੂੰ ਸਮਝਣ ਦੀ ਲੋੜ ਹੈ ਕਿ ਉਹ ਪ੍ਰੋਪੋਗੰਡਾ ਜੋ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਲੱਭਿਆ ਕੀ ਹੈ। ਦੁਬਾਰਾ ਪੁੱਛ ਰਹੇ ਹਾਂ, ਤੁਹਾਨੂੰ ਲੱਗਦਾ ਹੈ ਕਿ ਜਨਰਲ ਬਰਾੜ ਦੀਆਂ ਸਟੇਟਮੈਂਟਾਂ ਦੇ ਵਿੱਚ ਸੱਚ ਨਹੀਂ ਹੈ? ਇਨਫੈਕਟ ਉਹਨਾਂ ਦੀ ਕਿਤਾਬ ਦਾ ਬਹੁਤ ਜ਼ਿਕਰ ਹੋ ਰਿਹਾ ਸੀ, ਉਹਨਾਂ ਦੀ ਕਿਤਾਬ ਦਾ ਨਾਮ ਹੀ ਹੈ ਦ ਸਟੋਰੀ ਆਪਰੇਸ਼ਨ ਬਲੂ ਸਟਾਰ ਦਾ ਟਰੂ ਸਟੋਰੀ। ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜੋ ਬਿਆਨ ਦੇ ਰਹੇ ਉਹ ਸੱਚ ਨਹੀਂ ਹੈ? ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈਗੀ। ਜਨਰਲ ਬਰਾੜ ਦੀ ਮਾਨਸਿਕ ਹਾਲਤ ਠੀਕ ਨਹੀਂ ਹੈਗੀ। ਉਸ ਦੀ ਇੱਕ ਬੁਕਲੈਟ ਛਪੀ ਸੀ, ਬਾਅਦ ਦੇ ਵਿੱਚ ਉਹਨੇ ਉਹ ਵਾਪਸ ਲੈ ਲਈ। ਉਸ ਦੇ ਵਿੱਚ ਉਹਨੇ ਕਿਹਾ ਸੀ ਕਿ ਇੱਥੇ ਲਾਸ਼ਾਂ ਦੇ ਢੇਰ ਜਿਹੜੇ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜਿਹੜੇ ਭਾਰਤੀ ਫੌਜ ਦੇ ਲੱਗ ਗਏ। ਇਹੋ ਜਿਹੀ ਫੌਜ ਜੇ ਸਾਡੇ ਕੋਲ ਹੁੰਦੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗੀ, ਜਿਸ ਦੀ ਅਗਵਾਈ ਜਨਰਲ ਸ਼ਬੇਕ ਸਿੰਘ ਕਰਦੇ ਹੁੰਦੇ, ਤਾਂ ਸਾਨੂੰ ਕੋਈ ਵੀ ਕਿਸੇ ਵੀ ਮੁਲਕ ਦੇ ਨਾਲ ਲੜਨ ਤੇ, ਚਾਹੇ ਉਹ ਚਾਈਨਾ ਹੋਵੇ ਚਾਹੇ ਪਾਕਿਸਤਾਨ ਹੋਵੇ, ਉਸ ਦੇ ਅੱਗੇ ਕਦੇ ਵੀ ਭਾਰਤੀ ਫੌਜ ਜਿਹੜੀ ਹੈ ਉਹ ਪਿੱਛੇ ਨਹੀਂ ਹਟ ਸਕਦੀ। ਇਹੋ ਜਿਹੀਆਂ ਸਟੇਟਮੈਂਟਾਂ ਵੀ ਜਨਰਲ ਬਰਾੜ ਨੇ ਦਿੱਤੀਆਂ ਨੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਰੁਕ ਕਰਦਾ, ਬਿਲਕੁਲ ਜਿਹੜੀ ਅੱਜ ਦੀ ਵੀ ਉਹਨਾਂ ਦੀ ਸਟੇਟਮੈਂਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਰਨੈਲ ਜੀ, ਉਸ ਦੇ ਵਿੱਚ ਵੀ ਉਹ ਜ਼ਿਕਰ ਕਰਦੇ ਨੇ ਕਿ ਪੂਰਾ ਜਿਹੜਾ ਆਪਰੇਸ਼ਨ ਬਲੂ ਸਟਾਰ ਜਦੋਂ ਮੁਕਾਬਲਾ ਚੱਲ ਰਿਹਾ ਸੀ ਤਾਂ ਜਿਹੜੇ ਜਨਰਲ ਸੁਬੇਕ ਸਿੰਘ ਸੀ ਉਹਨਾਂ ਦੇ ਵੱਲੋਂ ਹੀ ਪੂਰੀ ਪਲੈਨਿੰਗ ਉੱਥੇ ਕੀਤੀ ਗਈ ਸੀ। ਉਹਨਾਂ ਦੇ ਬਿਆਨਾਂ ਦੇ ਵਿੱਚ ਸੁਬੇਕ ਸਿੰਘ ਦਾ ਵੀ ਜ਼ਿਕਰ ਜ਼ਰੂਰ ਹੈ। ਇਨਫੈਕਟ ਉਹ ਵੀ ਕਹਿੰਦੇ ਨੇ ਕਿ 500 ਤੋਂ 600 ਲੋਕਾਂ ਦੀ ਡੈਥ ਹੋਈ ਹੈ। ਮੈਂ ਵੀ ਮੈਂਸ਼ਨ ਕਰ ਦਵਾਂ ਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਜਿਹੜੇ ਲੋਕ ਅੰਦਰ ਸੀ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ, ਇੱਕ ਤਰੀਕੇ ਨਾਲ ਸ਼ੀਲਡ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਗਿਆ, ਯਾਨੀ ਕਿ ਉਹਨਾਂ ਨੂੰ ਖੁਦ ਦੀ ਸੁਰੱਖਿਆ ਦੇ ਲਈ ਇਸਤੇਮਾਲ ਕੀਤਾ ਗਿਆ ਆਮ ਲੋਕਾਂ ਨੂੰ। ਮੈਂ ਕਿੰਗਰਾ ਜੀ ਦਾ ਰੁੱਖ ਕਰਾਂ, ਪਰ ਉਸ ਤੋਂ ਪਹਿਲਾਂ ਹੋਪਫੁਲੀ ਕਮਲ ਜੀ ਦੀ ਆਵਾਜ਼ ਸਾਡੇ ਤੱਕ ਪਹੁੰਚੇਗੀ। ਉਸ ਵੇਲੇ ਦੀ ਭਾਰਤੀ ਸਰਕਾਰ ਜ਼ਿੰਮੇਵਾਰ ਸੀ ਉਸ ਵੇਲੇ, ਜਿਸ ਨੇ ਇਹ ਜਿਹੜਾ ਇੱਕ ਬਿਲ ਚੁੜਿਆ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਥੋੜਾ ਛੋਟਾ ਰੱਖਿਓ ਜਵਾਬ, ਤਾਂ ਕਿ ਆਪਾਂ ਨਾਲ ਦੀ ਨਾਲ ਕਿੰਗਰਾ ਸਾਹਿਬ ਦਾ ਵੀ ਰੁੱਖ ਕਰ ਸਕੀਏ। ਸੋਈ ਸਰ, ਇਸ ਵਿੱਚ ਕੋਈ ਆਈਟਮ ਆਫ ਡਾਊਟ ਨਹੀਂ ਹੈ ਕਿ ਇਹਦੇ ਵਾਸਤੇ ਆਪਰੇਸ਼ਨ ਬਲੂ ਸਟਾਰ ਵਾਸਤੇ ਟੋਟਲ ਕਾਂਗਰਸ ਜ਼ਿੰਮੇਵਾਰ ਸੀ, ਔਰ ਕਾਂਗਰਸ ਨਹੀਂ ਖਾਸ ਤੌਰ ਤੇ ਇੰਦਰਾ ਗਾਂਧੀ ਜਿਹੜੀ ਪ੍ਰਾਈਮ ਮਿਨਿਸਟਰ ਸੀ, ਗਿਆਨੀ ਜੈਲ ਸਿੰਘ ਜਿਹੜੇ ਉਦੋਂ ਰਾਸ਼ਟਰਪਤੀ ਸੀਗੇ, ਇਹਨਾਂ ਦਾ ਹੀ ਟੋਟਲ ਰੋਲ ਸੀਗਾ
कि इन्ना सानू कतलेआम देखना पिया, इन्ना साडा ब्लडशेड होया, ते कांग्रेस दा ही कसूर सीगा कि अज जिहड़े अपने संगेड़ा साहब कह रहे सीगे किन्नियां मावां दे पुत झूठियां मुकाबलियां च मर दित्ते गए, साडे मक्के दे उपर अटैक जिहड़ा होया सिखां दे मक्के दे उपर अटैक कीता गया, दरबार साहब नू टैंकर तोपर नाल अटैक ढेरी कर दिता गया, इहदा आर्डर किहने साइन कीते सीगे पिंगला साहब? As a Sikh, we must bow our head in front of Golden Temple, jithe saada taaya gaya sigha Nader Shah Abdali to baad, aa Indira Gandhi sigi jinne edda vadda nuksan is desh da kita sigha te Sikh qoum da kita sigha. Aaj General Brar ji diyan gallan keh rahe ne, ohde ch ho sakda hai operational gallan de upar main nahi comment kar sakda, lekin jehdi political gall hai ki Indira Gandhi hi total zimmedar si te us te unhan da parivar ਇਹਨਾਂ ਨੂੰ ਲਿਆਉਣ ਵਾਲਾ ਸੰਜੇ ਗਾਂਧੀ ਐਂਡ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਹੁਣੀ, ਸਵਰਨ ਸਿੰਘ ਹੁਣੀ ਖੁਦ ਜਿਹੜੇ ਫੋਰਮ ਮਿਨਿਸਟਰ ਸੀਗੇ ਉਹ ਖੁਦ ਜਾ ਕੇ ਨੈਗੋਸੀਏਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਸੀਗੇ ਪਿੰਡਾਂ ਵਾਲਾ ਸਾਹਿਬ ਦੇ ਨਾਲ, ਤੇ ਤੁਸੀਂ ਇਹ ਗੱਲ ਕਰਦੇ ਹੋ ਕਿ ਕਾਂਗਰਸ ਜ਼ਿੰਮੇਦਾਰ ਨਹੀਂ ਟੋਟਲ ਇਹਦੇ ਵਿੱਚ, ਇਹਦੇ ਵਾਸਤੇ ਕਿੰਨੀ ਵਾਰੀ ਮਾਫ਼ੀ ਮੰਗੀ ਹੈਗੀ ਹੈ ਕਿ ਆਪਰੇਸ਼ਨ ਬਲੂ ਸਟਾਰ ਹੋਇਆ, ਤੇ ਅੱਜ ਅਸੀਂ ਇੱਦਾਂ ਦੀਆਂ ਇੱਕ ਗੱਲ ਕਰਕੇ ਟਾਈਮਿੰਗ ਹੈ, ਕੋਈ ਅੱਜ ਗੱਲਾਂ ਵਾਲਾ ਬਾਤ ਕੋਈ ਪੁੱਛ ਸਕਦਾ ਹੈ? ਕੋਈ ਪੁੱਛ ਸਕਦਾ ਹੈ 84 ਕੋਈ ਨਹੀਂ ਭੁੱਲ ਸਕਦਾ, ਜਿਨ੍ਹਾਂ ਨੇ ਨਹੀਂ ਵੀ ਦੇਖਿਆ ਉਹਨਾਂ ਨੂੰ ਵੀ ਅੱਜ ਅਹਿਸਾਸ ਹੁੰਦਾ ਹੈ ਕਿ ਹਾਂ ਉੱਥੇ ਕੀ ਹੋਇਆ ਹੋਏਗਾ ਜਾਂ ਉਹ ਸਾਲ ਪੂਰਾ ਕਿਵੇਂ ਕੱਢਿਆ ਹੋਏਗਾ, ਪਰ ਸਵਾਲ ਇਹ ਮੈਂ ਆਮ ਫਰਮ ਅੰਮ੍ਰਿਤਸਰ, ਮੈਨੂੰ ਪਤਾ ਹੈ ਕਿ ਕਿੱਦਾਂ ਉਹਦਾ ਪੰਜ ਬੰਦ ਹੋ ਗਏ ਸੀ, ਕਿੱਦਾਂ ਉਹ ਫੌਜੀ ਆ ਕੇ ਘੇਰਾ ਪਾ ਰਿਹਾ ਸੀਗਾ, ਕਿੱਦਾਂ ਬੱਚਿਆਂ ਨੂੰ ਕੱਢ ਕੱਢ ਕੇ ਮਾਰਿਆ ਗਿਆ ਸੀਗਾ, ਆਈ ਵੀ ਆਲ ਰਿਮੈਂਬਰ ਠੀਕ ਹੈ ਖੋਲਦਾ ਕਿ ਜੋ ਇੰਦਰਾ ਗਾਂਧੀ ਨੇ ਕੀਤਾ, ਜੋ ਇੰਦਰਾ ਗਾਂਧੀ ਨੇ ਦੇਖ ਕੇ ਸੱਤਿਆਨਾਸ਼ ਕੀਤਾ, ਅੱਜ ਤੱਕ ਇਦਾਂ ਦਾ ਕੋਈ ਸ਼ਾਸਕ ਹੋਇਆ ਨਹੀਂ ਹੈ, ਤੇ ਨਾ ਹੀ ਕਦੇ। ਚਲੋ ਆਪਾਂ ਜਵਾਬ ਲਈਏ, ਮੈਂ ਬਿਲਕੁਲ ਸਟਾਰਟਿੰਗ ਦੇ ਵਿੱਚ ਉਹੀ ਜ਼ਿਕਰ ਕੀਤਾ ਸੀ ਸੋਈ ਸਾਹਿਬ, ਕਿਉਂਕਿ 84 ਦੇ ਵਿੱਚ ਮੈਂ ਤਾਂ ਪੈਦਾ ਵੀ ਨਹੀਂ ਹੋਇਆ ਸੀ, ਪਰ ਮੈਨੇ ਆਪਣੇ ਬਜ਼ੁਰਗਾਂ ਤੋਂ, ਮੇਰੀ ਤਰ੍ਹਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ, ਜਾਣਿਆ ਅਸੀਂ ਗੱਲਬਾਤ ਹੋਈ ਹੈ ਘਰ ਕੀ ਉਸ ਸਮੇਂ ਕੀ ਹਾਲਾਤ ਸੀ 90 ਦੀ ਸ਼ੁਰੂਆਤ ਦੇ ਵਿੱਚ ਜਾਂ 84 ਦੇ ਦੌਰ ਦੇ ਵਿੱਚ ਜਾਂ 78 ਤੋਂ ਬਾਅਦ ਕਿਵੇਂ ਹਾਲਾਤ ਪੰਜਾਬ ਦੇ ਵਿੱਚ ਬਣ ਰਹੇ ਸੀ, ਬਦਲ ਰਹੇ ਸੀ, ਉਹ ਸਾਰਾ ਕੁਝ ਲੋਕਾਂ ਦੇ ਜ਼ਿਹਨ ਦੇ ਵਿੱਚ। ਮੈਂ ਇਸੇ ਕਰਕੇ ਕਹਿ ਰਿਹਾ ਕਿ ਜਿਨ੍ਹਾਂ ਨੇ 84 ਨਹੀਂ ਵੀ ਦੇਖਿਆ ਮੇਰੇ ਵਰਗਿਆਂ ਨੇ, ਉਹਨਾਂ ਦੇ ਵੀ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਜੋ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ। ਪਰ ਕਿੰਗਰਾ ਸਾਹਿਬ ਦਾ ਮੈਂ ਰੁੱਖ ਕਰਦਾ, ਕਿੰਗਰਾ ਸਾਹਿਬ ਟਾਈਮਿੰਗ ਵਾਲਾ ਜਿਹੜਾ ਤੁਸੀਂ ਸਵਾਲ ਚੁੱਕ ਰਹੇ ਹੋ ਉਹ ਤੁਹਾਡੇ ਵਿਰੋਧੀਆਂ ਨੂੰ, ਖਾਸ ਤੌਰ ਤੇ ਬੀਜੇਪੀ ਨੂੰ ਤਾਂ ਉਸ ਦੇ ਵਿੱਚ ਦਮ ਨਜ਼ਰ ਨਹੀਂ ਆ ਰਿਹਾ। ਗੌਰਵ ਜੀ, ਜੇ ਤੁਸੀਂ ਬਹੁਤ ਹੀ ਸਤਿਕਾਰਯੋਗ ਬੀਜੇਪੀ ਦੇ ਨੇਤਾ ਜਿਹੜੇ ਸੱਚ ਬੋਲੇ ਨੇ ਉਹਨਾਂ ਦੀ ਕਿਤਾਬ ਪੜ੍ਹੋ, ਐਲ ਕੇ ਅਡਵਾਨੀ ਜੀ ਦੀ, ਉਹਨਾਂ ਨੇ, ਐਲ ਕੇ ਅਡਵਾਨੀ ਨੇ ਆਪ ਲਿਖਿਆ, ਮੈਂ ਉਹਨਾਂ ਨੂੰ ਕੋਟ ਕਰ ਰਿਹਾ ਕਿ ਅਸੀਂ ਉਸ ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਨੂੰ ਆਪਰੇਸ਼ਨ ਬਲੂ ਸਟਾਰ ਕਰਨ ਵਾਸਤੇ ਮਜਬੂਰ ਕੀਤਾ। ਪੜ੍ਹ ਲਓ ਤੁਸੀਂ ਕਿਤਾਬ, ਸੋਹੀ ਸਾਹਿਬ ਵੀ ਪੜ੍ਹ ਲੈਣ। ਜੇ ਅਡਵਾਨੀ ਸਾਹਿਬ ਝੂਠ ਬੋਲਦੇ ਆ ਤਾਂ ਜ਼ਰੂਰ ਕੁਛ ਹੋਰ ਗੱਲ ਹੋਈ ਹੋਣੀ ਹੈ। ਹੁਣ ਰਹੀ ਇੰਦਰਾ ਗਾਂਧੀ ਦੀ ਗੱਲ, ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਿੱਖ ਸਟੇਟ ਦਿੱਤੀ ਸੀ, ਪੰਜਾਬੀ ਸੂਬਾ ਨਹੀਂ ਸੀ ਦਿੱਤਾ, ਉਹਨੇ ਉਸ ਤਰ੍ਹਾਂ ਦੇ ਇਲਾਕੇ ਦਿੱਤੇ ਸੀ ਜਿੱਥੇ ਸਿੱਖਾਂ ਦੀ ਮੈਜੋਰਿਟੀ ਸੀ, 50% ਤੋਂ ਉੱਤੇ ਸਿੱਖ ਸਨ। ਉਹਨੇ ਇਹ ਕਿਹਾ ਸੀ ਉਸ ਵੇਲੇ, ਕਿਸੇ ਬੰਦੇ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਮੈਂ ਸਿੱਖਾਂ ਨੂੰ ਉਹ ਸੂਬਾ ਦੇ ਰਹੀ ਹਾਂ, ਬੀਜੇਪੀ ਦਾ ਚਾਹੇ ਕੋਈ ਮੁੱਖ ਮੰਤਰੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੋਵੇ, ਚਾਹੇ ਅਕਾਲੀ ਦਲ ਦਾ ਮੁੱਖ ਮੰਤਰੀ ਹੋਵੇ, ਚਾਹੇ ਕਾਂਗਰਸ ਦਾ ਮੁੱਖ ਮੰਤਰੀ ਹੋਵੇ, ਇਹ ਸੂਬੇ ਦਾ ਮੁੱਖ ਮੰਤਰੀ ਪੱਗ ਬੰਨਣ ਵਾਲਾ ਇਨਸਾਨ ਹੋਏਗਾ, ਸਿੱਖ ਹੋਏਗਾ। ਜੇ ਉਹ ਚਾਹੁੰਦੀ ਨਾਲਾਗੜ੍ਹ ਦੇ ਪੰਜਾਬੀ ਬੋਲਦੇ ਇਲਾਕੇ, ਅੰਬਾਲਾ ਦੇ ਪੰਜਾਬੀ ਬੋਲਦੇ ਇਲਾਕੇ, ਗੰਗਾਨਗਰ ਦੇ ਪੰਜਾਬੀ ਬੋਲਦੇ ਇਲਾਕੇ, ਸਰਸਾ ਦੇ ਪੰਜਾਬੀ ਬੋਲਦੇ ਇਲਾਕੇ ਸਾਰੇ ਦੇ ਕੇ ਸਿੱਖਾਂ ਨੂੰ ਮਾਈਨੋਰਿਟੀ ਚ ਕਰ ਸਕਦੀ ਸੀ। ਪਰ ਇੰਦਰਾ ਗਾਂਧੀ ਨੇ, ਅੱਜ ਮੈਂ ਟੀਵੀ ਤੇ ਕਹਿਣ ਨੂੰ ਤਿਆਰ ਹਾਂ ਕਿ ਸਿੱਖਾਂ ਨੂੰ ਸਿੱਖ ਮੈਜੋਰਿਟੀ ਸਟੇਟ ਦਿੱਤੀ ਸੀ ਜਿਹੜੀ ਬੀਜੇਪੀ ਸੋਚ ਨਹੀਂ ਸਕਦੀ। ਸੋ ਇਸ ਕਰਕੇ ਅੱਜ ਵੀ ਬੀਜੇਪੀ ਸਿੱਖ ਚਿਹਰੇ ਲੱਭਦੀ ਫਿਰਦੀ ਹੈ ਪੰਜਾਬ ਦੇ ਵਿੱਚ। ਪੁੱਛੋ ਕਿਉਂ ਲੱਭਦੀ ਫਿਰਦੀ ਹੈ ਸਿੱਖ ਚਿਹਰੇ? ਬੋਲਣ ਦਿਓ, ਮੈਨੂੰ ਬੋਲਣ ਦਿਓ, ਮੈਨੂੰ ਬੋਲਣ ਦਿਓ ਸਾਹਿਬ, ਤੁਸੀਂ ਜਵਾਬ ਦਿਓ, ਥੋੜਾ ਜਿਹਾ ਵੇਟ ਕਰ ਲਓ ਸਰ, ਤੁਸੀਂ ਪੈਰਲਰ ਜਵਾਬ ਦਿਓ ਇੱਕ ਇੱਕ ਕਰਕੇ, ਕਿਉਂਕਿ ਦੋਵੇਂ ਤੁਸੀਂ ਸਕਾਈਪ ਦੇ ਜ਼ਰੀਏ ਜੁੜੇ ਹੋਏ ਹੋ, ਲੋਕਾਂ ਤੱਕ ਆਵਾਜ਼ ਨਹੀਂ ਪਹੁੰਚੇਗੀ। ਫਿਰ ਕਿੰਗਰਾ ਜੀ ਕੰਪਲੀਟ ਕਰ। ਮੈਂ ਜਨਰਲ ਰਣਜੀਤ ਸਿੰਘ ਦਿਆਲ ਦੇ ਨਾਲ ਇਸ ਇਸ਼ੂ ਦੇ ਉੱਤੇ ਪਰਸਨਲ ਗੱਲਬਾਤ ਕੀਤੀ ਜੋ ਮੈਂ ਅੱਜ ਡਿਸਕਲੋਜ਼ ਕਰ ਰਿਹਾ। ਜਨਰਲ ਰਣਜੀਤ ਸਿੰਘ ਦਿਆਲ ਲੈਫਟੀਨੈਂਟ ਜਨਰਲ ਵੀ ਉਸ ਵੇਲੇ ਉੱਥੇ ਸੀ ਆਪਰੇਸ਼ਨ ਬਲੂ ਸਟਾਰ ਵੇਲੇ, ਜਿਸ ਵੇਲੇ ਕੁਲਦੀਪ ਬਰਾੜ ਥੱਲੇ ਸੀ, ਜਨਰਲ ਰਣਜੀਤ ਸਿੰਘ ਦਿਆਲ ਹੈਲੀਕਾਪਟਰ ਤੇ ਉੱਤੇ ਸੀ। ਜਨਰਲ ਰਣਜੀਤ ਸਿੰਘ ਦਿਆਲ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ, ਸਾਨੂੰ ਹੁਕਮ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਕੋਈ ਗੋਲਾ ਨਾ ਡਿੱਗੇ, 90 ਡਿਗਰੀ ਦੇ ਉੱਤੇ ਕਹਿੰਦਾ ਫਾਇਰ ਹੋ ਰਿਹਾ ਸੀ ਉਸ ਵੇਲੇ।
ਤੇ ਮੇਰਾ ਹੈਲੀਕਾਪਟਰ ਦਰਬਾਰ ਸਾਹਿਬ ਦੇ ਉੱਤੇ ਉੱਡ ਰਿਹਾ ਸੀ ਤੇ ਉਹ ਜੇ ਗੋਲਾ ਦਰਬਾਰ ਸਾਹਿਬ ਤੇ ਡਿੱਗਦਾ ਤਾਂ ਮੇਰਾ ਹੈਲੀਕਾਪਟਰ ਨਾਲ ਕ੍ਰੈਸ਼ ਹੁੰਦਾ ਕਿਉਂਕਿ ਮੇਰੀ ਮਾਂ ਨੇ ਕਿਹਾ ਸੀ ਕਿ ਰਣਜੀਤ ਵਾਪਸ ਨਾ ਆਈ ਜੇ ਦਰਬਾਰ ਸਾਹਿਬ ਤੇ ਗੋਲਾ ਡਿੱਗ ਪਿਆ ਇਹ ਅੱਜ ਮੈਂ ਟੀਵੀ ਤੇ ਬੈਠ ਕੇ ਡਿਸਕਸ ਕਰ ਰਿਹਾ ਬੱਚਿਆਂ ਦੀ ਕਸਮ ਖਾ ਕੇ ਇਹ ਰਣਜੀਤ ਸਿੰਘ ਦਿਆਲ ਨੇ ਮੈਨੂੰ ਆਪ ਨਰੇਟ ਕੀਤਾ ਕਿਉਂਕਿ ਮੇਰੇ ਨਾਲ ਗੌਲਫ ਖੇਡਦੇ ਸਨ ਰਣਜੀਤ ਸਿੰਘ ਦਿਆਲ ਜਨਰਲ ਬਰਾੜ ਨੂੰ ਮੈਂ ਸਵਾਲ ਪੁੱਛਦਾ ਕੀ ਜਨਰਲ ਰਣਜੀਤ ਸਿੰਘ ਦਿਆਲ ਨੇ ਝੂਠ ਬੋਲਿਆ ਦਲਜੀਤ ਸਿੰਘ ਦੀ ਦਿਆਲ ਦੇ ਜਿਹੜੀ ਉਹਨਾਂ ਦੇ ਬੱਚਾ ਕੋਈ ਨਹੀਂ ਸੀ ਉਹਨਾਂ ਦੀ ਸ਼ਾਦੀ ਨਿਰਮਲਜੀਤ ਸਿੰਘ ਕਾਲ ਜਿਹੜੇ ਸੀਗੇ ਸਿੱਖੋਂ ਉਹਨਾਂ ਦੀ ਪਤਨੀ ਨਾਲ ਹੋਈ ਸੀ ਜਿਹੜੇ ਕਿ ਸਰਗੋਧੇ ਦਾ ਰਡਾਰ ਤੋੜਿਆ ਜਿਨ੍ਹਾਂ ਨੇ ਉਹ ਕਮਿਟਡ ਸੋਲਜਰ ਸੀ ਪੱਗ ਮੰਨਣ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਵੀ ਕੀਤੀ ਉਸ ਵੇਲੇ ਤੇ ਤੁੜਵਾਉਣ ਵਾਲੇ ਫੈਸਲਾ ਕਰਾਉਣ ਵਾਲੇ ਅਡਵਾਨੀ ਜੀ ਨੇ ਆਪ ਲਿਖਿਆ ਕਿਤਾਬ ਪੜ੍ਹ ਲੈਣ ਸੋਈ ਸਾਹਿਬ ਮੈਂ ਕੁਛ ਨਹੀਂ ਬੋਲਦਾ ਇਹਦੇ ਬਾਰੇ ਜੀ ਠੀਕ ਹੈ ਸੋਈ ਸਾਹਿਬ ਛੋਟਾ ਜਿਹਾ ਸਟੇਟਮੈਂਟ ਮੈਂ ਸੰਗੇੜਾ ਜੀ ਔਰ ਕਰਨੈਲ ਜੀ ਦਾ ਫਿਰ ਦੁਬਾਰਾ ਰੁਕ ਕਰੂੰਗਾ ਸੋਈ ਸਾਹਿਬ ਆ ਜੋ ਮਰਜ਼ੀ ਕਹਿ ਲੈਣ ਕਾਂਗਰਸ ਵਾਲੇ ਅੱਜ ਦਿਓਲ ਦੀ ਗੱਲ ਕਰਦੇ ਨੇ ਬਰਾੜ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਹੱਥ ਵੀ ਸਾਡੇ ਸਿੱਖ ਪੰਥ ਦੀਆਂ ਖੂਨ ਨਾਲ ਰੰਗੇ ਹੋਏ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ ਆਈ ਵੀ ਡੋਨਟ ਨਾਟ ਕੇਅਰ ਅਬਾਊਟ ਹੂ ਰੋਟ ਵਾਟ ਲੇਕਿਨ ਫੈਕਟ ਇਜ਼ ਕਿ ਕਾਂਗਰਸ ਨੇ ਦਰਬਾਰ ਸਾਹਿਬ ਨੂੰ ਢਾਇਆ ਸਾਡੇ ਅੰਦਰ ਜਾ ਕੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਤੁਸੀਂ ਟੈਂਕਾਂ ਤੋਪਾਂ ਦੇ ਨਾਲ ਕੀ ਗੱਲਾਂ ਕਰਦੇ ਹੋ ਉਹ ਕਿੱਦਾਂ ਕਿੱਦਾਂ ਬਚ ਸਕਦਾ ਇਸ ਗੱਲ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਤੁਸੀਂ ਹਮਲਾ ਕੀਤਾ ਟੈਂਕਾਂ ਤੋਪਾਂ ਦੇ ਨਾਲ ਕਾਂਗਰਸ ਸਪੌਂਸਰਡ ਜਿਹੜਾ ਟੈਰਰਿਜ਼ਮ ਸੀਗਾ ਤੁਸੀਂ ਸਾਡੇ ਸਿੱਖਾਂ ਦੇ ਉੱਪਰ ਅੰਦਰ ਬਾਹਰ ਨਹੀਂ ਨਿਕਲਣ ਦਿੱਤਾ ਤੁਸੀਂ ਸਾਰਾ ਦਰਬਾਰ ਸਾਹਿਬ ਢਾਇਆ ਤੁਸੀਂ ਅਕਾਲ ਤਖ਼ਤ ਸਾਹਿਬ ਢਾਇਆ ਆਈ ਰਿਮੈਂਬਰ ਗੋਲਾਬਾਰੀ ਅੰਦਰ ਸਾਡਾ ਜਿਹੜਾ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਹੋਇਆ ਉਸ ਤੱਕ ਗੋਲੀਆਂ ਵੱਜੀਆਂ ਸੀਗੀਆਂ ਤੁਸੀਂ ਕਹਿੰਦੇ ਜਨਰਲ ਬਰਾੜ ਨੂੰ ਤਾਂ ਡੰਮ ਮਰਨਾ ਚਾਹੀਦਾ ਜਿਹੜੇ ਜਨਰਲ ਦਿਓਲ ਨੂੰ ਜਿਹਨਾਂ ਨੇ ਗੋਲੀਆਂ ਵਰਤਮਾਨ ਸਾਈਆਂ ਸਾਡੇ ਦਰਬਾਰ ਸਾਹਿਬ ਦੇ ਉੱਪਰ ਕਿੱਦਾਂ ਗੱਲ ਕਰਦੇ ਹੋ ਤੁਸੀਂ ਆ ਸਾਰਾ ਕੁਝ ਪਲਾਂਟਡ ਸੀਗਾ ਇੰਦਰਾ ਗਾਂਧੀ ਨੇ ਕੀਤਾ ਤੇ ਇੰਦਰਾ ਗਾਂਧੀ ਨੇ ਕਰਵਾਇਆ ਤੇ ਬਾਕੀ ਪਏ ਦੇਖੋ ਉਹ ਤਾਂ ਕਲੀਅਰ ਹੈ ਨਾ ਸਰ ਕਿ ਉਹ ਤਾਂ ਪ੍ਰਧਾਨ ਮੰਤਰੀ ਸੀ ਉਸ ਸਮੇਂ ਦੇ ਇਸ ਕਰਕੇ ਆਰਡਰ ਤਾਂ ਉਹਨਾਂ ਦੇ ਹੋਣਗੇ ਇਸ ਦੇ ਵਿੱਚ ਤਾਂ ਕਿੰਗਰਾ ਸਾਹਿਬ ਵੀ ਮੈਨੂੰ ਲੱਗਦਾ ਕਿ ਉਹ ਦੋ ਰਾਏ ਨਹੀਂ ਰੱਖਣਗੇ ਹੁਣ ਸਲਾਹ ਕਿਸ ਦੀ ਸੀ ਕਿਸ ਨੇ ਆ ਕੇ ਕਿਹਾ ਮਜ਼ਬੂਤ ਕੀਤਾ ਬਾਅਦ ਦੀ ਗੱਲ ਹੈ 2002 ਦੇ ਜਿਹੜੇ ਰਾਜ ਹੋਏ ਆ ਗੁਜਰਾਤ ਦੇ ਵਿੱਚ ਉਹ ਵੀ ਤਾਂ ਬੀਬੀ ਲੜਕੀ ਕਹਿ ਰਹੀ ਆ ਅਪਰੂਵ ਹੋਇਆ ਕਿ ਇੰਦਰਾ ਗਾਂਧੀ ਤੇ ਕਿਸੇ ਦੀ ਗੱਲ ਸੁਣਦੀ ਨਹੀਂ ਸੀ ਉਹਨਾਂ ਨੂੰ ਠੀਕ ਹੈ ਇੱਕ ਸੈਕਿੰਡ ਹੋਲਡ ਕਿਸੇ ਨੇ ਕਿਹਾ ਕੀ ਗੱਲਾਂ ਕਰੀ ਜਾਂਦੇ ਯਾਰ ਆਪਾਂ ਠੀਕ ਹੈ ਆਪਾਂ ਸਿੱਖਾਂ ਦੀ ਡਿਸਟਰਕਸ਼ਨ ਤੇ ਦੇਖੀ ਕਿੰਨੀ ਕੀਤੀ ਹੈ ਨਾਦਰ ਸ਼ਾਹ ਅਬਦਾਲੀ ਤੋਂ ਬਾਅਦ ਕੋਈ ਆਇਆ ਅੱਜ ਤੱਕ ਮੈਂ ਸਲਾਮ ਕਰਦਾ ਭੀਮ ਸੈਨ ਸੱਚਰ ਨੂੰ ਜਿਹਨੇ ਪਹਿਲੀ ਵਾਰੀ ਤੁਸੀਂ ਤੰਦਰ ਭੇਜੀ ਸੀਗੀ ਤੇ ਅਕਾਲ ਤਖ਼ਤ ਦੇ ਸਾਹਮਣੇ ਜਾ ਕੇ ਆਪਣੀ ਭੁੱਲ ਬਖਸ਼ਾਈ ਸੀਗੀ ਤੁਸੀਂ ਕੀ ਗੱਲਾਂ ਕਰਦੇ ਹੋ ਪਹਿਲੀ ਵਾਰੀ ਪੁਲਿਸ ਦੇ ਅੰਦਰ ਗਈ ਸੀਗੀ ਭੀਮ ਸੈਨ ਸੱਚਰ ਨੇ ਭੇਜੀ ਸੀ ਉਹਨੇ ਆਪਣੀ ਮੈਂ ਜਵਾਬ ਲੈਣਾ ਸਰ ਮੈਂ ਜਵਾਬ ਲੈਣਾ ਥੋੜਾ ਜਿਹਾ ਸਮਾਂ ਦਿਵੋ ਸਮਾਂ ਆਪਣਾ ਖਰਾਬ ਹੋਵੇ ਸੰਘੇੜਾ ਸਾਹਿਬ ਮੈਂ ਅਗਲੀ ਸਟੇਟਮੈਂਟ ਦਾ ਰੁਕ ਕਰਾਂ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਜਨਰਲ ਬਰਾੜ ਕਿ ਖਾਲਿਸਤਾਨ ਦਾ ਐਲਾਨ ਹੋਣ ਵਾਲਾ ਸੀ ਤੇ ਆਪਰੇਸ਼ਨ ਬਲੂ ਸਟਾਰ ਜੇ ਨਾ ਹੁੰਦਾ ਉਹਨਾਂ ਦੇ ਬਿਆਨ ਨੂੰ ਸਮਝਿਆ ਜਾਵੇ ਜੇ ਤਾਂ ਇਹੀ ਮਤਲਬ ਹੈ ਕਿ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਖਾਲਿਸਤਾਨ ਦਾ ਐਲਾਨ ਹੋ ਹੀ ਜਾਣਾ ਸੀ ਉਧਰੋਂ ਪਾਕਿਸਤਾਨ ਨੇ ਵੜਿਆਣਾ ਸੀ ਤੇ ਪੰਜਾਬ ਦੀ ਸਥਿਤੀ ਕੁਝ ਵੱਖਰੀ ਹੁੰਦੀ ਤੁਹਾਨੂੰ ਦਮ ਨਜ਼ਰ ਆਉਂਦਾ ਜਾਂ ਤੁਹਾਨੂੰ ਲੱਗਦਾ ਕਿ ਹਾਈਪੋਥੈਟੀਕਲ ਗੱਲ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਨਾ ਹੁੰਦਾ ਸ਼ਾਇਦ ਆਪਾਂ ਅੱਜ ਸੋਚ ਰਹੇ ਹਾਂ ਉਸ ਸਮੇਂ ਦੇ ਹਾਲਾਤ ਕੁਝ ਵੱਖਰੇ ਸੀ ਗੌਰਵ ਜੀ ਤੁਸੀਂ ਇੰਨੇ ਸੀਨੀਅਰ ਪੱਤਰਕਾਰ ਹੋ ਇੰਟਲੈਕਚੁਅਲ ਹੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਕਿ ਕੇਵਲ ਐਲਾਨ ਕਰਨ ਨਾਲ ਹੀ ਥੋੜੀ ਕੋਈ ਮੁਲਕ ਵੱਖਰਾ ਹੋ ਜਾਂਦਾ ਆ ਬੰਗਲਾਦੇਸ਼ ਦਾ ਕੋਈ ਐਲਾਨ ਕਰਨ ਨਾਲ ਹੀ ਥੋੜੀ ਕੋਈ ਬੰਗਲਾਦੇਸ਼ ਵੱਖ ਹੋ ਗਿਆ ਸੀਗਾ ਪਾਕਿਸਤਾਨ ਦੀ ਜਿਹੜੀ ਸਟਰੈਂਥ ਹੈ ਆਰਮੀ ਫੋਰਸ ਹੈ ਜਾਂ ਏਅਰ ਫੋਰਸ ਹੈ ਜਾਂ ਹੋਰ ਸਾਰਾ ਕੁਛ ਇਨ ਟੋਟਲ ਹੈਗਾ ਪਾਕਿਸਤਾਨ ਕਦੇ ਵੀ ਇਸ ਗੱਲ ਦੇ ਸਮਰੱਥ ਨਹੀਂ ਸੀਗਾ ਕਿ ਇੰਡੀਆ ਦੇ ਉੱਪਰ ਭਾਰਤ ਦੇ ਉੱਪਰ ਐਡਾ ਵੱਡਾ ਹਮਲਾ ਕਰਕੇ ਇੱਕ ਸੂਬੇ ਨੂੰ ਵੱਖ ਕਰਨ ਵਿੱਚ ਹਿੰਮਤ ਕਰ ਦੇਵੇ ਔਰ ਲਾਸਟ ਮੂਮੈਂਟ ਤੱਕ ਸਾਰੇ ਹੀ ਸਿੱਖ ਆਗੂ ਕਦੀ ਵੀ ਨਹੀਂ ਕਿਸੇ ਨੇ ਇਹ ਕਿਹਾ ਈਵਨ ਇੱਕ ਗੱਲ ਹੋਈ ਸੀ ਵੀ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ ਖਾਲਿਸਤਾਨ ਤੁਹਾਡੇ ਤੁਸੀਂ ਮੰਗਦੇ ਹੋ ਤੇ ਉਹ ਕਿਸੇ ਅਗਲਿਆਂ ਨੇ ਇੱਕ ਦਬਾਅ ਪਾਉਣ ਲਈ ਕਹਿਤਾ ਕਿ ਹਾਂ ਜੇ ਦੇ ਦੇਣਗੇ ਤਾਂ ਅਸੀਂ ਨਾ ਨਹੀਂ ਕਰਾਂਗੇ ਉਹ ਖਾਲਿਸਤਾਨ ਮੰਗਣ ਵਾਲੀ ਗੱਲ ਸੀ ਕੋਈ ਏਦਾਂ ਦੀ ਮੂਵਮੈਂਟ ਨਹੀਂ ਸੀ ਜਦਕਿ ਮੰਗਾਂ ਸੀਗੀਆਂ ਪੰਜਾਬ ਨੂੰ ਵੱਧ ਅਧਿਕਾਰ ਦਿਓ ਜੇ ਇੱਥੇ ਇੰਡਸਟਰੀ ਲਾਉਣੀ ਹੋਵੇ ਛੋਟੀ ਤੋਂ ਛੋਟੀ ਇੰਡਸਟਰੀ ਲਾਉਣ ਲਈ ਵੀ ਕਿਉਂ ਕੇਂਦਰ ਵੱਲ ਜਾਣਾ ਪੈਂਦਾ ਆ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਦਰਬਾਰ ਸਾਹਿਬ ਤੋਂ ਰੇਡੀਓ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ ਆਗਿਆ ਦੇ ਦਿਓ ਸਾਰੀਆਂ ਹੀ ਗੱਲਾਂ ਮਜ਼ਦੂਰਾਂ ਦੀਆਂ ਸੀਗੀਆਂ ਕਿਸਾਨਾਂ ਦੀਆਂ ਸੀਗੀਆਂ ਉਹ ਹੱਕੀ ਮੰਗਾਂ ਪੰਜਾਬ ਦੀਆਂ ਸੀ ਜਿਹੜੀਆਂ ਕਿ ਕਈ ਮੰਗਾਂ ਸਮਾਂ ਆਉਣ ਨਾਲ ਟੈਕਨੋਲੋਜੀ ਖੁੱਲ੍ਹ ਗਈ ਆਵੇ ਪੂਰੀਆਂ ਹੋ ਗਈਆਂ ਉੱਥੇ ਲਾਈਵ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਇਸ ਵੇਲੇ ਪਰ
इस मोर्चे नूं इस तरह कुचलिया गया। उस वेले ओह पंजाब दे हक्कां दीआं गल्लां सीगीआं, बाकी पार्टियां ने भी सपोर्ट कीती सीगी, उहनूं इस तरह कुचलिया गया। और कांग्रेस दा क्रूप चेहरा, मैं कहिंदा किंगरा साहब बड़ी बेशर्मी नाल कांग्रेस दे वल्लों बैठे ने ऑपरेशन ब्ल्यू स्टार दे मौके ते, और सिर्फ अफसर दा इक दा कसूर कढ के वी बराड साहब गलत बोल रहे ने, क्लीन चिट देने की कोशिश कर रहे हैं कांग्रेस के आगुआं नूं। इन्हां दे मूंह ते खून दे छिट्टे ने सारे कांग्रसियां ते जिहड़े इहो जिहियां गल्लां कर रहे ने। फ्लोर टेस्ट ते फेल हुई है कांग्रेस पार्टी। इन्हां ने बच्चे मारे ने, हिंदू मारे ने, सिख मुंडे मारे ने। मैं तुहानूं उदाहरण दित्ती है इक कुक्की गिल दी, भाई दलजीत सिंह वैटनरी कॉलेज का विद्यार्थी सीगा, ये भी मेरे छोटे भरावां वांगू सीगा, ये क्यों घर छड्ड के दौड़ गए? इन्हां दी मूंहों सुन लो तुसीं, इन्हां दी कदी उस वेले खालिस्तान की मंग ही नहीं सी, खालिस्तान की मूवमेंट ही कोई नहीं सी, वध अधिकारां दी मूवमेंट सी, वध अधिकारां दी, और वो सारे सूबियां दी मंग सी इंडिया दे विच। सिर्फ इन्हां ने आपसी टसल विच श्रोमणी अकाली दल ने भी गलतियां कीतियां आ, मूवमेंट जिहड़ी आ उहो बिगड़ गई। मैं सवाल पुछा सी पीर मुहम्मद साहब ने, उस गल दा जवाब नहीं दिता कि 1.5 लाख दी मरजीवड़ियां दी फौज बनाई सी सरदार प्रकाश सिंह बादल हुणां ने, उहनां चों किन्ने मरजीवड़े शहीद होए? नहीं तां मैं अंकड़े दिंदा आ किन्ने आम घरां दे यंग मुंडे स्कॉलर सीगे, जिहड़े किसे दी अमेरिका च एडमिशन होई सी, कि इत्थे डॉक्टर बन रहा सी, कोई प्रोफेसर लग्या सीगा, किन्ने बच्चे इस मूवमेंट दे विच रुड़ गए, शहीद हो गए। ਹੁਣ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਸ਼ਹੀਦੀਆਂ ਤੇ ਫਿਰ ਸਿਆਸਤ ਕਰੀ ਜਾ ਰਹੇ ਆ। ਠੀਕ ਹੈ, ਚਲੋ ਉਸ ਵੇਲੇ ਭਿੰਡਰਾਂਵਾਲੇ ਦਾ ਜਵਾਬ ਲੈ ਕਰਦੇ ਸੀਗੇ, ਸੋ ਸਾਡਾ ਵੱਡਾ ਕਸੂਰ ਕਾਂਗਰਸ ਪਾਰਟੀ ਦਾ ਹੈ। ਤੁਸੀਂ ਦੇਖੋ ਇਹਨਾਂ ਨੇ ਪੰਜਾਬ ਨਾਲ ਗਲਤ ਕੀਤਾ ਨਾ, ਇੰਦਰਾ ਗਾਂਧੀ ਮਾਰੀ ਗਈ। ਮੈਂ ਕਿਸੇ ਦੇ ਕਤਲ ਦੇ ਹੱਕ 'ਚ ਨਹੀਂ, ਪਰ ਕਈ ਵਾਰੀ ਕਤਲ ਇਦਾਂ ਦੇ ਹੁੰਦੇ ਆ ਜਿਹਦੀ ਨਿੰਦਿਆ ਕਰਨ ਨੂੰ ਵੀ ਜੀ ਨਹੀਂ ਕਰਦਾ। ਰਾਜੀਵ ਗਾਂਧੀ ਜੀ ਨੇ ਤਾਮਲਾਂ ਤੇ ਕੁਚਲਣ ਦੀ ਕੋਸ਼ਿਸ਼ ਕੀਤੀ, ਤਾਮਲਾਂ ਦੇ ਬੱਚੇ ਮਰਵਾਏ, ਤਾਮਲਾਂ ਦੀਆਂ ਲੇਡੀਜ਼ ਮਰਵਾਈਆਂ, ਤਾਮਲ ਲੋਕਾਂ ਨੂੰ ਮਰਵਾਇਆ, ਉਹਨਾਂ ਦਾ ਵੀ ਉਹੀ ਹਸ਼ਰ ਹੋਇਆ। ਇਹ ਫਲੋਰ ਟੈਸਟ ਤੇ ਇਹਨਾਂ ਦੀਆਂ ਵੱਡੀਆਂ ਵੱਡੀਆਂ ਗਲਤੀਆਂ ਹੋਈਆਂ। ਰਾਹੁਲ ਗਾਂਧੀ ਜੀ, ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਨੂੰ, ਜਿਹੜਾ ਸਮਾਂ ਬਹੁਤ ਘੱਟ ਹੋਊਗਾ, ਸਮਾਂ ਬਹੁਤ ਘੱਟ ਹੋਏਗਾ। ਕਿੰਗਰਾ ਜੀ, ਮੈਂ ਕਰਨੈਲ ਜੀ ਆ ਰਿਹਾ ਤੁਹਾਡੇ ਕੋਲ, ਕਿੰਗਰਾ ਜੀ ਤੋਂ ਜਵਾਬ ਜ਼ਰੂਰੀ ਹੈ ਇੱਥੇ। ਗੌਰਵ ਜੀ, ਮੈਂ ਇਸ ਗੱਲ ਨੂੰ ਇੱਥੇ ਪਰਿਪਾਤੀ ਜਾਣਦਾ ਕਿ ਸੰਗੇੜਾ ਸਾਹਿਬ ਵੀ ਉਸ ਮੂਵਮੈਂਟ ਦਾ ਹਿੱਸਾ ਰਹੇ ਨੇ ਜੋ ਵੀ ਸੀਗੀ। ਮੈਂ ਦੇਖੋ ਉਹਦੇ ਬਾਰੇ ਕੋਈ ਆਪਣਾ ਅੱਜ ਬਿਆਨ ਹੈ ਜਨਰਲ ਬਰਾੜ ਦੇ ਉੱਤੇ? ਜਨਰਲ ਬਰਾੜ ਦੇ ਉੱਤੇ ਜਨਰਲ ਬਰਾੜ, ਠੀਕ ਹੈ, ਕੰਪਲੀਟ ਕਰ ਲਓ, ਕੰਪਲੀਟ ਕਰ ਲਓ। ਕਹਿੰਦੇ ਕਿ ਤੁਸੀਂ ਜਨਰਲ ਬਰਾੜ ਦੇ ਉੱਤੇ ਸਾਰਾ ਕੁਝ ਪਾ ਕੇ ਕਲੀਨ ਚਿੱਟ ਤਰੀਕੇ ਨਾਲ ਆਪਣੀ ਸਰਕਾਰ ਤਤਕਾਲੀ ਸਰਕਾਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਗੌਰਵ ਜੀ, ਮੈਂ ਤਾਂ ਇੱਕੋ ਹੀ ਗੱਲ ਕਰਦਾ, ਆਪਾਂ ਜਨਰਲ ਬਰਾੜ ਦੇ ਉੱਤੇ ਡਿਸਕਸ਼ਨ ਅੱਜ ਕਰ ਰਹੇ ਹਾਂ ਜੀ। ਤੁਸੀਂ ਇੱਕ ਵਾਰੀ ਫੇਰ ਮੈਂ ਕਹਿਣਾ, ਰਮੇਸ਼ ਇੰਦਰ ਸਿੰਘ ਦੀ ਕਿਤਾਬ ਜਿਹੜੀ ਲੇਟੈਸਟ ਆਈ ਹੈ ਉਹਨੂੰ ਪੜ੍ਹੋ, ਉਹਦੇ 'ਚ ਮਿੰਟ ਬਾਏ ਮਿੰਟ ਬਿਓਰਾ ਆਪਰੇਸ਼ਨ ਬਲੂ ਸਟਾਰ ਦਾ, ਕਿਉਂਕਿ ਰਮੇਸ਼ ਇੰਦਰ ਸਿੰਘ ਸਾਹਿਬ ਨੂੰ ਗੁਰਦੇਵ ਸਿੰਘ ਨੂੰ ਬਦਲ ਕੇ ਉੱਥੋਂ ਡਿਪਟੀ ਕਮਿਸ਼ਨਰ ਲਾਇਆ ਗਿਆ ਸੀ। ਇੱਥੋਂ ਤੱਕ ਵੀ ਅਫਵਾਹਾਂ ਉਡਾਈਆਂ ਗਈਆਂ ਕਿ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਮੇਸ਼ ਚੰਦਰ ਸਿੰਘ ਨੇ ਕਲੀਅਰ ਲਿਖਿਆ ਕਿ ਗੁਰਦੇਵ ਸਿੰਘ ਦੀ ਜਿਹੜੀ ਹੈਗੀ ਆ ਉਹ ਛੁੱਟੀ 2 ਮਹੀਨੇ ਪਹਿਲਾਂ ਸੈਂਕਸ਼ਨ ਹੋ ਗਈ ਸੀ, ਆਊਟਸਾਈਡ ਇੰਡੀਆ ਲੀਵ ਸੀ ਉਹਨਾਂ ਦੀ, ਉਹਨਾਂ ਦੀ ਸਰਕਾਰੀ ਕਾਰ ਦੇ ਵਿੱਚ ਤਾਂ ਉਹਨਾਂ ਨੂੰ ਏਅਰਪੋਰਟ ਤੇ ਛੱਡਿਆ ਗਿਆ। ਸਰਕਾਰੀ ਕਾਰ ਜਨਰਲ ਬਰਾੜ ਨੇ ਉੱਥੇ ਦੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਚੱਲਣ ਨਹੀਂ ਦਿੱਤੀ। ਜੇ ਉਹ ਕਹਿੰਦਾ ਜੇ ਸਾਨੂੰ ਇਨਵੋਲਵ ਕੀਤਾ ਹੁੰਦਾ ਤੇ ਅਸੀਂ ਇੱਥੋਂ ਤੱਕ ਗੱਲ ਜਾਣ ਨਹੀਂ ਸੀ ਦਿੰਦੇ। ਜਨਰਲ ਬਰਾੜ ਓਵਰ ਰਿਐਕਟਿਡ, ਵਟ ਐਵਰ ਦੀ ਆਰਡਰਸ ਵਰ ਨੈਵਰ ਗਿਵਨ ਟੂ ਡਿਮੋਲਿਸ਼ ਐਨੀਥਿੰਗ। ਜਨਰਲ ਬਰਾੜ ਵਾਸ ਪੁੱਟ ਇਨ ਚਾਰਜ ਆਫ ਅ ਸਿਚੁਏਸ਼ਨ, ਪਰ ਜਨਰਲ ਬਰਾੜ ਓਵਰ ਰਿਐਕਟਿਡ, ਨਾਟ ਓਵਰ ਰਿਐਕਟਿਡ, ਐਰੋਗੈਂਟਲੀ ਰਿਐਕਟਿਡ, ਬਿਕੋਜ਼ ਹੀ ਵਾਸ ਮੋਰ ਪ੍ਰਾਊਡ ਆਫ ਹਿਸ ਪੋਜੀਸ਼ਨ ਰਾਦਰ ਦੈਨ ਸਰਵਿੰਗ ਦਾ ਇੰਡੀਅਨ ਆਰਮੀ। ਇੰਡੀਅਨ ਆਰਮੀ ਨੂੰ ਅਸੀਂ ਸਲਿਊਟ ਕਰਦੇ ਹਾਂ, ਅਸੀਂ ਇੰਡੀਅਨ ਆਰਮੀ ਦੇ ਵਿੱਚ ਕਿੰਨੇ ਸਿੱਖ ਮਰੇ ਨੇ, ਕਿੰਨੇ ਡੋਕਲਮ ਦੇ ਵਿੱਚ ਕਿੰਨੇ ਮਰੇ ਨੇ, ਕਿੰਨੇ ਟੈਂਕਾਂ ਦੇ ਥੱਲੇ ਆ ਕੇ ਮਰੇ ਨੇ ਸਿੱਖ। ਇੰਡੀਅਨ ਆਰਮੀ ਸਾਡੇ ਵਾਸਤੇ ਸਾਡੇ ਚੀਫ ਆਫ ਦੀ ਆਰਮੀ ਸਟਾਫ ਰਹੇ ਨੇ, ਜਨਰਲ ਜੇਜੇ ਸਿੰਘ, ਜਨਰਲ ਵਿਕਰਮ, ਜਨਰਲ ਤੁਹਾਡੇ ਸੰਗਰੂਰ ਵਾਲੇ ਦੋਨੇ ਭਰਾ। ਸੋ ਅਸੀਂ ਇੰਡੀਅਨ ਆ, ਅਸੀਂ ਇੰਡੀਅਨ ਆ, ਅਸੀਂ ਭਾਰਤੀ ਆ, ਔਰ ਸਾਨੂੰ ਮਾਣ ਹੈ ਇਸ ਗੱਲ ਦੇ ਉੱਤੇ। ਪਰ ਇਸ ਗੱਲ ਦੇ ਉੱਤੇ ਜਨਰਲ ਬਰਾੜ ਨੂੰ ਸੋਚਣਾ ਚਾਹੀਦਾ, ਇਹਨਾਂ ਦਾ ਓਵਰ ਰਿਐਕਸ਼ਨ ਸੀ। ਠੀਕ ਹੈ ਗੌਰਵ ਜੀ, ਓਵਰ ਵਾਸਤੇ ਕਸੂਰਵਾਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਹੈ ਇੰਦਰਾ ਗਾਂਧੀ। ਇੰਦਰਾ ਗਾਂਧੀ ਕਸੂਰਵਾਰ ਹੈ ਉਸ ਵੇਲੇ ਦੀ ਪ੍ਰਧਾਨ ਮੰਤਰੀ ਹੈ ਸਾਰੇ ਕਤਲੇਆਮ ਲਈ, ਜਿਹੜਾ ਓਵਰ ਆਪਰੇਸ਼ਨ ਤੋਂ ਪਹਿਲਾਂ ਹੋਇਆ, ਜਿਹੜਾ ਆਪਰੇਸ਼ਨ ਦੀ ਸਰਵਿਸ ਰੱਖੀ ਜਾ ਰਹੀ ਹੈ।
मूवमेंट हवा देने वास्ते अज महेशिंदर सिंह एक डीसी की गल कर रहे करनैल जी बहुत देर वेट कर रहे ने मैनू एक बार उन्होंने को जान लैन दो ਕਰਨੈਲ ਜੀ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜ਼ਿਕਰ ਕਰ ਰਹੇ ਸੀ ਇਸ ਵਿਚਾਲੇ ਇੱਕ ਬਿਆਨ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਜੋ ਜਨਰਲ ਬਰਾੜ ਦੇ ਵੱਲੋਂ ਦਿੱਤਾ ਗਿਆ ਇੱਕ ਵਾਰ ਸੁਣ ਲਓ ਤੁਸੀਂ ਉਸਦੇ ਉੱਪਰ ਰਿਐਕਟ ਕਰਿਓ ਜਨਰਲ ਬਰਾੜ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਇਹ ਵੀ ਕਰ ਰਹੇ ਨੇ ਕਿ ਉਸ ਸਮੇਂ ਬੇਰੋਜ਼ਗਾਰ ਜਿਹੜੇ ਨੌਜਵਾਨ ਸੀ ਪੰਜਾਬ ਦੇ ਉਹ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਮੋਟਰਸਾਈਕਲਾਂ ਦੇ ਉੱਤੇ ਘੁੰਮਦੇ ਸੀ ਲੁੱਟਾਂ ਖਸੁੱਟਾਂ ਕਰਦੇ ਸੀ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉਹ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਵੀ ਸਵਾਲ ਆਪਣੀ ਇੰਟਰਵਿਊ ਦੇ ਵਿੱਚ ਚੁੱਕ ਰਹੇ ਨੇ ਕਰਨੈਲ ਜੀ देखो गल ये आ कि सिख इतिहास में पढ़ना पवेगा और जेड़े उस वेले दे सी आई डी दे अफसर हुंदे सी ना वो इस तरह की गल ही लिखते सी उह सिखां नूं सक कुत्ते तक भी लिखते रहे रा लेकिन ये जनरल बराड़ भी उहो जे शब्द वरत रहा है कि लुट्टां खोहां जां इहो जे शब्द वरतदा रहा असल गल की है सिख इतिहास दे विच हर पन्ने दे उत्ते गल दर्ज है कि जिसने भी दरबार साहब दे उत्ते हमला किया उस नूं हमेशा मूंह दिखानी पई है 153 दिन तो 54 दिन नहीं पिया चाहे वह अबदाली है चाहे वह मस्सा रंगड़ है चाहे इंदिरा गांधी है जिस जिसने भी दरबार साहब के उपर हमला किया उस नूं मौत दे मूंह विच पैना पिया इस दे विच भी देखो संत जरनैल सिंह जी भिंडरां वाले ਤਾਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਸਨ ਜਿਹੜੇ 37 ਹੋਰ ਗੁਰਧਾਮ ਸਨ ਉਹਨਾਂ ਦੇ ਉੱਤੇ ਕਿਉਂ ਹਮਲਾ ਕੀਤਾ ਗਿਆ ਜਿਹੜੀ ਗੱਲ ਮਰਜੀਵੜਿਆਂ ਦੀ ਕਰਦੇ ਆ ਇਹ ਸੰਘੇੜਾ ਸਾਹਿਬ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਦੋਂ ਨਵੰਬਰ 1984 ਸਿੱਖਾਂ ਦਾ ਕਤਲੇਆਮ ਹੋਇਆ ਕਿ ਇਹ ਮਰਜੀਵੜੇ ਨਹੀਂ ਸੀ ਬੰਨਣਾ ਚਾਹੁੰਦੇ ਇਹਨਾਂ ਦੇ ਦਿਲ ਨਹੀਂ ਸੀ ਕਰਦਾ ਕਿ ਮੈਂ ਵੀ ਆਪਣੀ ਜਾਨ ਦੀ ਆਹੂਤੀ ਦੇ ਦਿਆਂ ਜਿਹੜਾ ਸਿੱਖ ਸੀ ਜਿਹਦੇ ਸਿਰ ਦੇ ਉੱਤੇ ਦਸਤਾਰ ਸੀ ਉਸ ਦੇ ਅੰਦਰ ਉਹਦਾ ਜਿਹੜਾ ਵਿਹਰਦਾ ਵਲੂੰਦ ਰਿਹਾ ਗਿਆ ਸੋ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਬੇਰੁਜ਼ਗਾਰੀ ਇੱਕ ਬੜੀ ਵੱਡੀ ਆ ਇੱਕ ਬਹੁਤ ਵੱਡਾ ਰੋਗ ਹੈ ਜਿਹੜਾ ਕਿਸੇ ਵੀ ਦੇਸ਼ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਉਸ ਦਾ ਹੱਲ ਕਰਨਾ ਸਰਕਾਰਾਂ ਦਾ ਫਰਜ਼ ਬਣਦਾ ਸਰਕਾਰਾਂ ਨੂੰ ਕਾਹਦੇ ਵਾਸਤੇ ਬਣਾਇਆ ਜਾਂਦਾ ਕਿ ਅੱਜ ਬੇਰੁਜ਼ਗਾਰੀ ਖਤਮ ਹੋ ਗਈ ਹੈ ਕਿ ਅੱਜ ਪੰਜਾਬ ਦੀਆਂ ਹੱਕੀ ਮੰਗਾਂ ਖਤਮ ਹੋ ਗਈਆਂ ਨੇ ਅੱਜ ਵੀ ਦੇਸ਼ ਦੇ ਕਾਨੂੰਨ ਮੁਤਾਬਕ ਜਿਹੜੀਆਂ ਸਜ਼ਾਵਾਂ ਇਹਨਾਂ ਨੇ ਦਿੱਤੀਆਂ ਉਹ ਸਜ਼ਾਵਾਂ ਪੂਰੀਆਂ ਕਰਕੇ ਜਿਹੜੇ ਸਾਡੇ ਬੰਦੀ ਸਿੰਘ ਨੇ ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਚਾਹੇ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਨੇ ਜਿੰਨੇ ਵੀ ਸਾਡੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾਂਦਾ ਅੱਜ ਵੀ ਜਿਹੜਾ ਸੌਦਾ ਸਾਧ ਹੈ ਜਿਹੜਾ ਬਲਾਤਕਾਰੀ ਹੈ ਜਿਹੜਾ ਰੇਪਿਸਟ ਹੈ ਜਿਹਦੇ ਉੱਤੇ ਕਤਲਾਂ ਦੇ ਦੋਸ਼ ਨੇ ਉਸ ਨੂੰ ਤਿੰਨ ਤਿੰਨ ਪਰੌਲਾਂ ਦਿੱਤੀਆਂ ਜਾਂਦੀਆਂ ਨੇ ਕਿ ਇਹਨਾਂ ਨੇ ਕਾਂਗਰਸ ਤੋਂ ਕੋਈ ਸਬਕ ਸਿੱਖਿਆ ਮੌਜੂਦਾ ਸਰਕਾਰ ਨੇ ਅੱਜ ਵੀ ਇਹ ਸਬਕ ਸਿੱਖਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਹੱਕੀ ਮੰਗਾਂ ਲਈ ਲੜਦਾ ਰਿਹਾ ਹੁਣ ਵੀ ਲੜਦਾ ਅੱਗੇ ਵੀ ਲੜੇਗਾ ਔਰ ਸਮੇਂ ਸਮੇਂ ਲੜਦਾ ਰਹੇਗਾ ਠੀਕ ਹੈ ਸਮਾਂ ਬਹੁਤ ਆਪਣੇ ਕੋਲ ਪੂਰਾ ਪੂਰਾ ਮੈਂ ਬਹੁਤ ਛੋਟਾ ਛੋਟਾ ਕਮੈਂਟ ਚਾਹੂੰਗਾ ਕਿਉਂਕਿ ਰੈਲੀਵੈਂਸ ਇਸ ਕਰਕੇ ਵੀ ਬਣਦੀ ਹੈ ਕਿ ਮੌਜੂਦਾ ਸਥਿਤੀ ਦੇ ਨਾਲ ਕੀ ਅਸੀਂ ਇਸ ਨੂੰ ਕੋਈ ਤਾਲੁਕ ਜਾਂ ਜੋੜ ਕੇ ਦੇਖੀਏ ਜਾਂ ਨਾ ਮੈਂ ਸ਼ੁਰੂਆਤ ਕਰਦਾ ਹਾਂ ਸੋਈ ਸਾਹਿਬ ਤੁਹਾਡੇ ਤੋਂ ਇੰਟਰਵਿਊ ਦਾ ਇੱਕ ਟਾਈਮਿੰਗ ਉਸ ਨੂੰ ਲੈ ਕੇ ਵੀ ਸਵਾਲ ਨੇ ਕਿ ਮੌਜੂਦਾ ਸਥਿਤੀ ਤੁਹਾਨੂੰ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ ਪੰਜਾਬ ਦੀ ਦੇਖੋ ਕੋਈ ਟਾਈਮਿੰਗ ਇਹਦੇ 'ਚ ਨਹੀਂ ਹੈ ਆਹ ਹਿਸਟਰੀ ਹੈ ਜਿਹੜੀ ਬਾਰ ਬਾਰ ਨਿਕਲ ਕੇ ਬਾਹਰ ਆਉਂਦੀ ਹੈ ਸਾਡੇ ਜ਼ਖਮ ਜਿਹੜੀ ਆ ਕੁਰੇਦੀ ਹੈ ਆਹ ਸਿੱਖਾਂ ਦੇ ਪੰਜਾਬੀਆਂ ਦੇ ਜ਼ਖਮਾਂ ਜ਼ਖਮ ਕੁਰੇਦਣ ਵਾਲੀ ਗੱਲ ਹੈ ਤੇ ਜਦੋਂ ਅਸੀਂ ਜਦੋਂ ਜ਼ਖਮ ਕੁਰੇਦੇ ਜਾਂਦੇ ਨੇ ਤੇ ਉਦੋਂ ਹੀ ਇੰਦਰਾ ਗਾਂਧੀ ਦਾ ਉਹ ਆਟੋਕ੍ਰੈਟਿਕ ਰੂਪ ਉਦੋਂ ਉਹਨਾਂ ਦਾ ਇੱਕ ਹਿਟਲਰ ਨਾਦਰਸ਼ਾਹੀ ਜਿਹੜਾ ਰੂਪ ਨਜ਼ਰ ਆਉਂਦਾ ਕਿ ਕਿਵੇਂ ਦਰਬਾਰ ਸਾਹਿਬ ਨੂੰ ਢਾਇਆ ਗਿਆ ਕਿਵੇਂ ਕਤਲੇਆਮ ਕਰਵਾਇਆ ਗਿਆ ਰਾਜੀਵ ਗਾਂਧੀ ਵੱਲੋਂ ਕਿਵੇਂ ਬਲੈਕ ਹੈਂਡਲ ਆਪਰੇਸ਼ਨ ਵੀ ਬਾਅਦ ਚ ਕੀਤਾ ਗਿਆ ਇਸ ਕਰਕੇ ਮੈਨੂੰ ਲੱਗਦਾ ਇਹਦੇ ਟੋਟਲ ਜੋ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਉਹ ਹੀ ਵਕਤ ਆਪਰੇਟਿੰਗ ਕਮਾਂਡਰ ਉਹਨਾਂ ਨੂੰ ਪਤਾ ਸੀਗਾ ਕਿ ਉਹ ਕਮਾਂਡ ਕਿੱਥੋਂ ਆ ਰਹੀ ਸੀਗੀ ਔਰ ਟੋਟਲ ਹਰ ਬੱਚੇ ਬੱਚੇ ਨੂੰ ਬਤਾਇਆ ਇੰਦਰਾ ਗਾਂਧੀ ਦੇ ਘਰੋਂ ਹੀ ਕਮਾਂਡ ਆ ਰਹੀ ਸੀਗੀ ਉਹਨਾਂ ਨੇ ਉਹਨਾਂ ਦੇ ਆਰਡਰ ਤੇ ਸਾਰਾ ਆਪਰੇਸ਼ਨ ਜਿਹੜਾ ਅੰਜਾਮ ਕੀਤਾ ਗਿਆ ਤੇ ਸੱਜੇ ਪਾਤਸ਼ਾਹ ਵਾਹਿਗੁਰੂ ਏਦਾਂ ਦਾ ਦਿਨ ਕਿਸੇ ਜਨਰੇਸ਼ਨ ਨੂੰ ਵੀ
ਕਦੀ ਨਾ ਵਿਖਾਈ ਜੋ ਸਾਨੂੰ ਇੰਦਰਾ ਗਾਂਧੀ ਨੇ ਜ਼ਖਮ ਦਿੱਤੇ ਨੇ ਉਹ ਸਾਡੇ ਜ਼ਖਮ ਕਦੀ ਵੀ ਭਰ ਨਹੀਂ ਸਕਦੇ ਜਿੰਨਾ ਤੱਕ ਵੀ ਕਾਇਨਾਤ ਰਹੇਗੀ ਅਸੀਂ ਉਹਨਾਂ ਨੂੰ ਇੱਕ ਆਟੋਕਰੈਟਿਕ ਰੂਲਰ ਹਮੇਸ਼ਾ ਹੀ ਬਣਦੇ ਰਹਿਣਗੇ ਤੇ ਸਾਡੇ ਜ਼ਖਮ ਹਮੇਸ਼ਾ ਹੀ ਹਰੇ ਕਰਦੇ ਰਹਿਣਗੇ ਉਹਨਾਂ ਦਾ ਜੇਕਰ ਸਾਡੇ ਜ਼ਖਮ ਠੀਕ ਹੈ ਸਰ ਮੈਨੂੰ ਕਨਕਲੂਡ ਕਰਨਾ ਮੇਰੇ ਕੋਲ ਸਮਾਂ ਖਤਮ ਹੈ ਸੰਗੇੜਾ ਸਾਹਿਬ ਤੁਹਾਡਾ ਇੱਕ ਫਾਈਨਲ ਕਮੈਂਟ ਦੇਖੋ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ ਵੀ ਜ਼ਿਕਰ ਕੀਤਾ ਕਿ ਮੰਗਾਂ ਉਸ ਸਮੇਂ ਵੀ ਸੀ ਹੱਕੀ ਮੰਗਾਂ ਅੱਜ ਵੀ ਹੱਕੀ ਮੰਗਾਂ ਨੇ ਇਸ ਇੰਟਰਵਿਊ ਦੀ ਟਾਈਮਿੰਗ ਅੱਜ ਦਾ ਕੰਟੈਕਸਟ ਕਿਵੇਂ ਤੁਸੀਂ ਇਸ ਨੂੰ ਦੇਖ ਰਹੇ ਦੇਖੋ ਜੀ ਇਹ ਤਾਂ ਸ਼ਰੇਆਮ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਸੀਗੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਦੇ ਜਿਹੜੇ ਰੀਅਲ ਮੁੱਦੇ ਨੇ ਉਹਨਾਂ ਨੂੰ ਹੱਲ ਨਹੀਂ ਕਰਦੀਆਂ ਚੋਣਾਂ ਦੇ ਨੇੜੇ ਜਾ ਕੇ ਜਾਂ ਪਹਿਲਾਂ ਪਲਾਨਿੰਗ ਕਰਕੇ ਸਿਆਸੀ ਰੋਟੀਆਂ ਸੇਕਣ ਲਈ ਜਾਤ ਪਾਤ ਦੇ ਆਧਾਰ 'ਤੇ ਧਰਮ ਦੇ ਆਧਾਰ 'ਤੇ ਕੁਛ ਨਾ ਕੁਛ ਮੁੱਦੇ ਉਭਾਰ ਕੇ ਪੋਲਰਾਈਜੇਸ਼ਨ ਕਰਕੇ ਵੋਟਾਂ ਲੈਂਦੀਆਂ ਰਹੀਆਂ ਔਰ ਹੁਣ ਵੀ ਉੱਦਾਂ ਦੀਆਂ ਕੋਸ਼ਿਸ਼ਾਂ ਹੀ ਹੋ ਰਹੀਆਂ ਆ ਆਪਰੇਸ਼ਨ ਬਲੂ ਸਟਾਰ 'ਤੇ ਵੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ 20 ਦਿਨ ਪਹਿਲਾਂ ਕੁਛ ਦਿਨ ਚੰਦ ਦਿਨ ਪਹਿਲਾਂ ਰਾਜੀਵ ਗਾਂਧੀ ਸਾਹਿਬ ਕਹਿ ਕੇ ਗਏ ਆ ਕਿ ਪਿੰਡ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਰੀਅਲ ਸੰਤ ਨੇ ਅਤੇ ਫਿਰ ਉਸ ਤੋਂ ਬਾਅਦ ਹਮਲਾ ਹੁੰਦਾ ਹੈ ਬਿਲਕੁਲ ਪੀਰ ਮੁਹੰਮਦ ਜੀ ਦੀ ਗੱਲ ਠੀਕ ਹੈ ਇਕੱਲਾ ਦਰਬਾਰ ਸਾਹਿਬ 'ਤੇ ਨਹੀਂ ਹਮਲਾ ਹੋਇਆ ਪੰਜਾਬ ਭਰ ਵਿੱਚ ਗੁਰਦੁਆਰਿਆਂ 'ਤੇ ਹਮਲਾ ਹੋਇਆ ਪਿੰਡਾਂ 'ਤੇ ਹਮਲਾ ਹੋਇਆ ਔਰ ਬਹੁਤ ਜ਼ਿਆਦਾ ਗੌਰਵ ਜੀ ਕਤਲੇਆਮ ਹੋਇਆ ਤੁਸੀਂ ਖੁਦ ਕਿਹਾ ਤੁਸੀਂ ਉਦੋਂ ਪੈਦਾ ਨਹੀਂ ਸੀ ਹੋਏ ਬਿਲਕੁਲ ਮੈਂ ਪੀਰ ਮੁਹੰਮਦ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਜਿੰਨੇ ਉਦੋਂ ਜ਼ਖਮੀ ਸੀਗੇ ਬਿਲਕੁਲ ਸਹੀ ਹੈ ਮੈਂ ਖਾਲਿਸਤਾਨ ਦਾ ਕਦੀ ਵੀ ਸਰਗਰਮ ਨਹੀਂ ਰਿਹਾ ਮੈਂ PhD ਕਰਦਾ ਸੀ ਜੇ ਮੈਂ BSc ਜਾਂ MSc 'ਚ ਹੁੰਦਾ ਕੁੱਕੀ ਮੇਰੇ ਨਾਲ ਉਮਰ ਥੋੜ੍ਹਾ ਛੋਟਾ ਸੀ ਹੋ ਸਕਦਾ ਮੈਂ ਵੀ ਇਸ ਹੱਕ 'ਚ ਬਹਿ ਜਾਂਦਾ ਇਹਨਾਂ ਨੇ ਬਹੁਤ ਯੂਥ ਦਾ ਕਤਲੇਆਮ ਕੀਤਾ ਈਵਨ ਸਾਡੇ ਵਰਗੇ ਘਰਾਂ 'ਤੇ ਵੀ ਮੇਰੀ ਮਾਤਾ ਨੂੰ ਇਸ ਕਰਕੇ CRPF ਨੇ ਧੱਕੇ ਮਾਰੇ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਮੇਰਾ ਇੱਕ ਭਰਾ ਅੰਮ੍ਰਿਤਧਾਰੀ ਆ ਉਹਨੂੰ ਫੜ ਕੇ ਲੈ ਗਏ ਮੈਂ SSP ਨੂੰ ਮਿਲਿਆ ਕਹਿੰਦੇ ਉਸ ਬੰਦੇ ਨੂੰ ਤਾਂ ਮੈਂ ਜਾਣਦਾ ਹਾਂ ਕਹਿੰਦੇ ਜੀ ਨਹੀਂ ਉਹਦੇ ਕੋਲ AK-47 ਬਰਾਮਦ ਹੋਈ ਹੈ ਔਰ AK-47 ਜਦੋਂ ਉਹਨਾਂ ਨੇ ਡੀਪਲੀ ਪੁੱਛਿਆ ਤਾਂ ਉਹ ਕਿਸੇ ਕੈਟ ਦੀ AK-47 ਸੀਗੀ ਜਿਹੜੀ ਉਹਨਾਂ ਤੇ ਪਾਈ ਗਈ ਸੀ ਇਹ ਕਾਂਗਰਸ ਪਾਰਟੀ ਨੇ ਕੀਤਾ ਆ ਜਿਹੜਾ ਕਾਂਗਰਸ ਸਾਹਿਬ ਠੀਕ ਹੈ ਚਲੋ ਆਪਾਂ ਕਨਕਲੂਡ ਕਰੀਏ ਹਰ ਘਰ ਤੇ ਹਮਲਾ ਕੀਤਾ ਕਿ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀਗੇ ਉਹਨਾਂ ਨੂੰ ਉਹਦੇ ਘਰੋਂ ਚੱਕ ਕੇ ਮਾਰਤਾ ਚਾਹੇ ਇਹ ਪੋਸਟ ਆਪਰੇਸ਼ਨ ਬਲੂ ਸਟਾਰ ਹੈ ਔਰ ਸਾਰੀਆਂ ਮੰਗਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪੀਰ ਮੁਹੰਮਦ ਹੋਣੀ ਦੀ ਗੱਲ ਠੀਕ ਹੈ ਕਿ ਪੰਜਾਬ ਦੀਆਂ ਹਿੱਤੀ ਮੰਗ ਇੱਕ ਵੀ ਮੰਗ ਨਹੀਂ ਮੰਨੀ ਈਵਨ ਇੱਥੋਂ ਤੱਕ ਰਾਜੀਵ ਲੌਂਗੋਵਾਲ ਲੰਗੜਾ ਸਮਝੌਤਾ ਕੀਤਾ 26 ਜਨਵਰੀ ਤੈਅ ਹੋ ਗਈ ਕਿ ਉਦੋਂ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਈਵਨ ਚੰਡੀਗੜ੍ਹ ਤੱਕ ਨਹੀਂ ਪੰਜਾਬ ਨੂੰ ਦਿੱਤਾ ਠੀਕ ਹੈ ਚਲੋ ਮੇਰੇ ਕੋਲ ਸਮਾਂ ਪੂਰਾ ਪੂਰਾ ਮੈਂ ਕੇਂਗਰਾ ਸਾਹਿਬ ਦਾ ਰਿਐਕਸ਼ਨ ਜ਼ਰੂਰੀ ਹੈ ਇਹਨਾਂ ਨੂੰ ਜਿਹੜੀ ਕੇਂਗਰਾ ਸਾਹਿਬ ਪਾਰਟੀਆਂ ਦੀ ਲੜਾਈ ਠੀਕ ਹੈ ਕੇਂਗਰਾ ਸਾਹਿਬ ਫਾਈਨਲ ਰਿਐਕਸ਼ਨ ਔਰ ਲੋਕਾਂ ਦਾ ਕਾਣ ਕੀਤਾ ਦੇਖੋ ਜਿਹੜੀ ਨਵੀਂ ਪੀੜ੍ਹੀ ਵੀ ਹੈ ਨਾ ਅੱਜ ਦੀ ਪੰਜਾਬ ਦੀ ਉਹ ਡਿਬੇਟ ਨੂੰ ਸੁਣ ਰਹੀ ਹੋਏਗੀ ਤਾਂ ਤੁਹਾਡੇ ਵਿਰੋਧੀ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਜੇ ਕਾਲੇ ਦੌਰ ਦੇ ਵਿੱਚ ਗਿਆ ਤਾਂ ਉਸਦੇ ਕਸੂਰਵਾਰ ਕਾਂਗਰਸ ਹੀ ਸੀ ਮੈਂ ਅੱਜ ਆਪਣੇ BJP ਦੇ ਜਿਹੜੇ ਸਾਥੀ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਦੇ ਦਿਓ ਚੰਡੀਗੜ੍ਹ ਪੰਜਾਬ ਨੂੰ ਗੱਲ ਕਿਹੜੀ ਹੈ ਅੱਜ ਤੁਸੀਂ ਬੰਦੀ ਸਿੰਘ ਰਿਹਾਈ ਕਰ ਦਿਓ ਗੱਲ ਕਿਹੜੀ ਹੈ ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਤਾਂ ਵਿਖਾਓ ਅੱਜ ਗੱਲੀ ਅਸੀਂ ਚੰਗੀਆਂ ਆਚਾਰੀ ਕੁੜੀਆਂ ਉਹਨਾਂ ਮੁਸੁੱਦਾ ਕਾਲੀਆਂ ਬਾਹਰ ਜਿੱਟਵੀਆਂ ਗੌਰਵ ਜੀ ਜੇ ਤੁਸੀਂ ਸੋਚਦੇ ਹੋ ਕਿ ਇੰਦਰਾ ਗਾਂਧੀ ਜ਼ਿੰਮੇਵਾਰ ਸੀ ਭਾਰਤ ਦੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਆਪਰੇਸ਼ਨ ਬਲੂ ਸਟਾਰ ਵਾਲੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ 2002 ਦੇ ਰਾਇਟਸ ਬਾਰੇ ਉਸ ਵੇਲੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਸੀ ਗੁਜਰਾਤ ਦਾ ਇਹ ਵੀ ਸਾਨੂੰ ਮੰਨਣੀ ਪਏਗੀ ਗੱਲ ਕਿਉਂਕਿ ਜੇ ਇੰਦਰਾ ਗਾਂਧੀ ਜ਼ਿੰਮੇਵਾਰ ਸੀ ਤੇ 2002 ਜੋ ਗੁਜਰਾਤ 'ਚ ਹੋਇਆ ਉਹਦੇ ਵੇਲੇ ਉਸ ਵੇਲੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਸੀ ਇਹ ਸਾਰਾ ਰੌਲਾ ਹੀ ਉਸ ਗੱਲ ਤੇ ਪੈ ਰਿਹਾ ਹੈ ਕਿ BBC ਦੀ ਜਿਹੜੀ ਆਈ ਹੈ ਡਾਕੂਮੈਂਟਰੀ ਉਹਦੇ ਚ ਉਹਦੇ ਜਦੋਂ ਉਹਨਾਂ ਨੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਰੌਲਾ ਪਾਉਣ ਲੱਗੇ ਤੇ ਪ੍ਰਧਾਨ ਮੰਤਰੀ ਨੂੰ ਸੀ ਕਰਦੇ ਹੋ ਯਾਰ ਆਪਣੇ ਪੰਜਾਬ ਦਾ ਜੋ ਸ਼ਾਮਲ ਹੋਣ ਦੇ ਲਈ ਕਿਉਂਕਿ ਜ਼ਿਕਰ 84 ਦਾ ਹੁੰਦਾ ਤਾਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਬਹੁਤ ਉਹ ਦੌਰ ਜੁੜਿਆ ਹੋਇਆ ਜਿਸਦਾ ਪੂਰੀ ਡਿਬੇਟ ਦੇ ਵਿੱਚ ਵੀ ਅਸੀਂ ਜ਼ਿਕਰ ਕਰ ਰਹੇ ਸੀ ਪਰ ਸਵਾਲ ਜ਼ਰੂਰ ਹੈ ਕਿ ਜਨਰਲ ਬਰਾੜ ਦੀ ਇੰਟਰਵਿਊ ਇਸ ਸਮੇਂ ਹੀ ਕਿਉਂ ਤੇ ਜਿਹੜੇ ਤੱਥ ਉਹਨਾਂ ਨੇ ਹੁਣ ਕੱਢਣੇ ਸ਼ੁਰੂ ਕੀਤੇ ਨੇ ਆ ਜਿਸਦਾ ਉਹ ਜ਼ਿਕਰ ਕਰ ਰਹੇ ਨੇ ਚਾਹੇ ਖਾਲਿਸਤਾਨ ਬਣ ਹੀ ਜਾਣਾ ਸੀ ਐਲਾਨ ਹੋਣ ਵਾਲਾ ਸੀ ਕਿ ਇਹ ਹੁਣ ਤੱਕ ਕਰੀਬ ਕਰੀਬ 39 ਸਾਲ ਤੱਕ ਜਨਰਲ ਬਰਾੜ ਨੇ ਲੁਕੋ ਕੇ ਰੱਖੇ ਨਹੀਂ ਇਸਦਾ ਜ਼ਿਕਰ ਕੀਤਾ ਉਹਨਾਂ ਨੇ ਆਪਣੀ ਇੱਕ ਕਿਤਾਬ ਵੀ ਲਿਖੀ ਜਨਰਲ ਬਰਾੜ ਦੀ ਜੋ ਕਿਤਾਬ ਹੈ ਜਿਸਦੇ ਵਿੱਚ ਆਪਰੇਸ਼ਨ ਬਲੂ ਸਟਾਰ ਦਾ ਟਰੂ ਸਟੋਰੀ ਉਸਦਾ ਨਾਮ ਹੈ ਕਿ ਉਸਦੇ ਵਿੱਚ ਵੀ ਇਹ ਜ਼ਿਕਰ ਨਹੀਂ ਹੋਣਾ ਚਾਹੀਦਾ ਸੀ ਸਵਾਲ ਬਹੁਤ ਸਾਰੇ ਨੇ ਸਵਾਲ ਇਹ ਵੀ ਹੈ ਕਿ ਇਹ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਦੇ ਵਿੱਚ ਕਿਉਂ ਗੱਲ ਇਸਦੀ ਹੋਈ ਹੈ
खैर जनता ज्यादा समझती है, दर्शक ज्यादा समझते हैं और बखूबी इस चीज़ को जानते भी होंगे। फिलहाल सानू इजाजत दो, तुम जुड़े रहो न्यूज़ 18 पंजाब के साथ।